ਸਤਿ ਸ੍ਰੀ ਅਕਾਲ ਜੀ ਦਾ ਖਾਲਸ ਟੀਵੀ ਦੇਖਣ ਵਾਲੇ ਦੇਸ਼ ਦੁਨੀਆ ਦੇ ਸਾਡੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਅਮਰਜੈਂਸੀ ਬੁਲੇਟਿਨ ਦੇ ਨਾਲ ਮੈਂ ਹਰਸ਼ਰਨ ਕੌਰ ਅੱਜ ਇਸ ਖਾਸ ਬੁਲੇਟਿਨ ਦੇ ਵਿੱਚ ਦੱਸਾਂਗੇ ਤੁਹਾਨੂੰ ਪੰਜਾਬ ਭਾਰਤ ਤੇ ਦੁਨੀਆ ਭਰ ਦੀਆਂ ਸਾਰੀਆਂ ਵੱਡੀਆਂ ਤਾਜ਼ਾ ਤੇ ਅਹਿਮ ਖਬਰਾਂ ਸ਼ੁਰੂਆਤ ਕਰਾਂਗੇ ਪੰਜਾਬ ਦੀਆਂ ਖਾਸ ਖਬਰਾਂ ਤੋਂ ਮੌਸਮ ਦੀ ਵੀ ਜਾਣਕਾਰੀ ਦੇਣ ਤੋਂ ਪਹਿਲਾਂ ਅੱਜ ਅਸੀਂ ਤੁਹਾਨੂੰ ਵੱਡੀ ਖਬਰ ਦੱਸਦੇ ਨੇ ਹਾਂ ਕਿ ਸੰਸਦ ਦੇ ਵਿਸ਼ੇਸ਼ ਸੈਸ਼ਨ ਦੇ ਵਿੱਚ ਪਾਸ ਕੀਤਾ ਗਿਆ ਮਹਿਲਾ ਰਾਖਵਾਕਰਨ ਬਿੱਲ ਹੁਣ ਨਾਰੀ ਸ਼ਕਤੀ ਵੰਦਨ ਕਾਨੂੰਨ ਬਣ ਗਿਆ ਹੈ ਵਿਰੋਧੀ ਧਿਰਾਂ ਜਿਸ ਗੱਲ ਨੂੰ ਲੈ ਕੇ ਸੈਂਟਰ ਸਰਕਾਰ ਨੂੰ ਘੇਰ ਰਹੀਆਂ ਸੀ ਕਿ ਫਾਇਦਾ ਤਾਂ ਹੈ ਜੇ ਇਹ ਬਿੱਲ ਕਾਨੂੰਨ ਬਣੇ ਦੇਸ਼ ਵਿੱਚ ਲਾਗੂ ਲਾਗੂ ਕੀਤਾ ਜਾਵੇ ਪਰ ਹੁਣ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਇਸ ਬਿੱਲ ਨੂੰ ਮਨਜ਼ੂਰੀ ਦੇ ਕੇ ਵਿਰੋਧੀਆਂ ਦੇ ਮੂੰਹ ਬੰਦ ਕਰ ਦਿੱਤੇ ਨੇ ਭਾਰਤ ਸਰਕਾਰ ਨੇ ਗਜ਼ਟ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੁਣ ਇਸ ਬਿੱਲ ਦੇ ਐਕਟ ਬਣਨ ਨਾਲ ਲੋਕ ਸਭਾ ਤੇ ਵਿਧਾਨ ਸਭਾਵਾਂ ਵਿੱਚ 33 ਫੀਸਦੀ ਸੀਟਾਂ ਵਿਭੀਆਂ ਦੇ ਲਈ ਰਾਖਵੀਆਂ ਹੋ ਜਾਣਗੀਆਂ ਹਾਲਾਂਕਿ ਇਹ ਕਾਨੂੰਨ ਨਵੀਂ ਜਨਗਣਨਾ ਤੇ ਹੱਦਬੰਦੀ ਤੋਂ ਬਾਅਦ ਲਾਗੂ ਕੀਤਾ ਜਾਊਗਾ ਇਸ ਨੂੰ 20 ਸਤੰਬਰ ਨੂੰ ਲੋਕ ਸਭਾ ਤੇ 21 ਸਤੰਬਰ ਨੂੰ ਰਾਜ ਸਭਾ ਦੇ ਵਿੱਚ ਸੰਸਦ ਦੇ ਵਿਸ਼ੇਸ਼ ਸੈਸ਼ਨ ਦੇ ਵਿੱਚ ਪਾਸ ਕੀਤਾ ਗਿਆ ਸੀ ਨਵੀਂ ਸੰਸਦ ਦੇ ਵਿੱਚ ਪਾਸ ਹੋਣ ਵਾਲਾ ਇਹ ਪਹਿਲਾ ਕਾਨੂੰਨ ਹੈ ਬੀਜਪੀ ਨੇ ਇਸ ਬਿਲ ਨੂੰ ਲੋਕਤੰਤਰ ਦੀ ਪ੍ਰਤੀਬੱਧਤਾ ਕਰਨ ਵਾਲਾ ਬਿਲ ਦੱਸਿਆ ਸੀ ਜਦ ਕਿ ਵਿਰੋਧੀ ਧਿਰਾਂ ਨੇ ਇਸ ਦਾ ਇਸ ਬਿਲ ਦਾ ਸਮਰਥਨ ਜ਼ਰੂਰ ਕੀਤਾ ਸੀ ਪਰ ਨਾਲ ਹੀ ਇਹ ਵੀ ਕਿਹਾ ਸੀ ਕਿ 2024 ਦੀਆਂ ਚੋਣਾਂ ਤੋਂ ਪਹਿਲਾਂ ਬੀਜਪੀ ਸਰਕਾਰ ਨੇ ਇੱਕ ਦਾਅ ਖੇਡਣ ਦੀ ਕੋਸ਼ਿਸ਼ ਕੀਤੀ ਹੈ ਕਿਉਂਕਿ ਬਿਲ ਪਾਸ ਕਰਵਾਉਣ ਨਾਲ ਕੁਝ ਨਹੀਂ ਹੋਣਾ ਬੀਬੀਆਂ ਨੂੰ ਫਾਇਦਾ ਉਦੋਂ ਹੋਊਗਾ ਜਦੋਂ ਬਿਲ ਲਾਗੂ ਹੋਏਗਾ ਜਦੋਂ 2024 ਦੀਆਂ ਚੋਣਾਂ ਦੇ ਵਿੱਚ ਪੂਰੇ ਦੇਸ਼ ਦੀਆਂ ਜਿਹੜੀਆਂ ਔਰਤਾਂ ਨੇ ਉਹਨਾਂ ਨੂੰ ਇਹ ਰਾਖਵਾਕਰਨ ਮਿਲੇਗਾ ਤੇ ਆਖਿਰਕਾਰ ਸੈਂਟਰ ਸਰਕਾਰ ਇੱਕ ਵੱਡਾ ਦਾਅ ਦੇਸ਼ ਦੇ ਵਿੱਚ ਖੇਡ ਹੀ ਗਈ ਹੈ। ਚੰਡੀਗੜ੍ਹ ਮੌਸਮ ਵਿਭਾਗ ਨੇ ਪੰਜਾਬ ਚ ਅਗਲੇ 7 ਦਿਨ ਮੌਸਮ ਆਮ ਵਾਂਗ ਰਹਿਣ ਦੀ ਭਵਿੱਖਬਾਣੀ ਜਾਰੀ ਕੀਤੀ ਹੈ, ਯਾਨੀ ਕਿ 7 ਅਕਤੂਬਰ ਤੱਕ ਮੌਸਮ ਬਿਲਕੁਲ ਸਾਫ਼ ਰਹੇਗਾ। ਕਿਸੇ ਤਰ੍ਹਾਂ ਦੀ ਕੋਈ ਵੀ ਚੇਤਾਵਨੀ ਜਾਰੀ ਨਹੀਂ ਹੋਈ ਹੈ। 7 ਦਿਨਾਂ ਦੌਰਾਨ ਸੂਬੇ ਦੇ ਵੱਧ ਤੋਂ ਵੱਧ ਤਾਪਮਾਨ ਦੇ ਵਿੱਚ ਵੀ ਕੋਈ ਵੱਡਾ ਬਦਲਾਅ ਨਹੀਂ ਆਵੇਗਾ। ਅਗਲੇ 2-3 ਦਿਨਾਂ ਦੌਰਾਨ ਉੱਤਰ ਪੱਛਮੀ ਦੇ ਨਾਲ ਲੱਗਦੇ ਪੱਛਮੀ ਮੱਧ ਭਾਰਤ ਤੇ ਕੁਝ ਹੋਰ ਹਿੱਸਿਆਂ ਤੋਂ ਦੱਖਣ ਪੱਛਮੀ ਮੌਨਸੂਨ ਦੀ ਵਾਪਸੀ ਦੇ ਲਈ ਵੀ ਹਾਲਾਤ ਅਨੁਕੂਲ ਬਣ ਰਹੇ ਨੇ। ਪੰਜਾਬ ਦੇ ਵਿੱਚ ਤੜਕੇ ਆਥਣੇ ਦਾ ਮੌਸਮ ਹੈ ਜਿਹੜਾ ਉਹ ਕਾਫੀ ਬਦਲ ਗਿਆ ਹੈ ਛੇਤੀ ਜਿਹੜਾ ਹੈਗਾ ਉਹ ਦਿਨ ਨਹੀਂ ਚੜਦਾ ਤੜਕੇ ਅਤੇ ਰਾਤ ਨੂੰ ਛੇਤੀ ਹਨੇਰਾ ਹੋ ਜਾਂਦਾ ਹੈ ਯਾਨੀ ਕਿ ਦਿਨ ਨੇ ਜਿਹੜੇ ਉਹ ਛੋਟੇ ਹੋਣ ਲੱਗੇ ਨੇ ਪੰਜਾਬ ਚ ਕਿਸਾਨਾਂ ਦੇ ਰੇਲ ਰੋਕੋ ਅੰਦੋਲਨ ਦਾ ਅੱਜ ਦੂਸਰਾ ਦਿਨ ਰਿਹਾ 100 ਤੋਂ ਵੱਧ ਰੇਲਾਂ ਬੰਦ ਨੇ ਲੋਕ ਪਰੇਸ਼ਾਨ ਨੇ ਕੱਲ ਨੂੰ ਹਰਿਆਣਾ ਦੇ ਅੰਬਾਲਾ ਵਿੱਚ ਰੇਲ ਰੋਕੋ ਮੋਰਚਾ ਲੱਗੇਗਾ 23 ਤੇ 24 ਅਕਤੂਬਰ ਨੂੰ ਕਿਸਾਨੀ ਦੁਸਹਿਰੇ ਦੇ ਰੂਪ ਦੇ ਵਿੱਚ ਕਾਰਪੋਰੇਟ ਅਤੇ ਮੋਦੀ ਸਰਕਾਰ ਦੇ ਕਿਸਾਨ ਪੁਤਲੇ ਕਰਨਗੇ ਪੰਜਾਬ ਦੇ ਵਿੱਚ ਜਿਹੜਾ ਕਿਸਾਨਾਂ ਨੇ ਰੇਲ ਰੋਕੋ ਅੰਦੋਲਨ 3 ਦਿਨਾਂ ਦਾ ਵਿੱਢਿਆ ਹੋਇਆ ਉਸ ਦੇ ਵਿੱਚ ਕਿਸਾਨ ਮੰਗ ਕਰ ਰਹੇ ਨੇ ਹਾਲੀ ਵਿੱਚ ਆਏ ਹੜ੍ਹਾਂ ਕਾਰਨ ਹੋਏ ਨੁਕਸਾਨ ਦੇ ਲਈ ਵਿੱਤੀ ਪੈਕੇਜ ਦਿੱਤਾ ਜਾਵੇ ਘੱਟੋ ਘੱਟ ਸਮਰਥਨ ਮੁੱਲ ਦੀ ਕਾਨੂੰਨੀ ਗਰੰਟੀ ਦਿੱਤੀ ਜਾਵੇ ਅਤੇ ਕਿਸਾਨੀ ਕਰਜ਼ੇ ਤੇ ਲੀਕ ਮਾਰੀ ਜਾਵੇ ਇਸ ਤੋਂ ਸਮੇਤ ਹੋਰ ਵੀ ਕਈ ਮੰਗਾਂ ਦੇ ਲਈ 3 ਦਿਨਾਂ ਰੇਲ ਰੋਕੋ ਅੰਦੋਲਨ ਚੱਲ ਰਿਹਾ ਹੈ ਰੇਲਵੇ ਅਧਿਕਾਰੀਆਂ ਦੇ ਮੁਤਾਬਕ ਕੁਝ ਟ੍ਰੇਨਾਂ ਨੂੰ ਰੱਦ ਕਰਨ ਦੇ ਨਾਲ-ਨਾਲ ਕਈ ਟ੍ਰੇਨਾਂ ਦੇ ਰੂਟ ਮੋੜੇ ਗਏ ਨੇ ਮੋਗਾ ਹੁਸ਼ਿਆਰਪੁਰ ਗੁਰਦਾਸਪੁਰ ਜਲੰਧਰ ਤਰਨਤਾਰਨ ਸੰਗਰੂਰ ਪਟਿਆਲਾ ਫਿਰੋਜ਼ਪੁਰ ਬਠਿੰਡਾ ਤੇ ਅੰਮ੍ਰਿਤਸਰ ਜ਼ਿਲ੍ਹਿਆਂ ਸਮੇਤ ਪੰਜਾਬ ਦੀਆਂ 17 ਥਾਵਾਂ ਤੇ ਰੇਲ ਆਵਾਜਾਈ ਪ੍ਰਭਾਵਿਤ ਹੈ ਅੰਮ੍ਰਿਤਸਰ ਦੇ ਵਿੱਚ ਦੇਵਿਦਾਸ ਪੁਰਾ ਦੇ ਵਿੱਚ ਕਿਸਾਨਾਂ ਨੇ ਰੇਲ ਟ੍ਰੈਕ ਰੋਕਿਆ ਹੋਇਆ ਜਦਕਿ ਹੁਸ਼ਿਆਰਪੁਰ ਦੇ ਵਿੱਚ ਆਜ਼ਾਦ ਕਿਸਾਨ ਕਮੇਟੀ ਦੁਆਬਾ ਦੇ ਮੈਂਬਰ ਸਥਾਨਕ ਰੇਲਵੇ ਸਟੇਸ਼ਨ ਤੇ ਟਰਨੇ ਤੇ ਬੈਠੇ ਹਰਪਾਲ ਸਿੰਘ ਸੰਘਾ ਜਿਹੜੇ ਕਿ ਇਸ ਜਥੇਬੰਦੀ ਦੇ ਸੁਭਾ ਪ੍ਰਧਾਨ ਨੇ ਉਹਨਾਂ ਕਿਹਾ ਕਿ ਅੰਦੋਲਨ 30 ਸਤੰਬਰ ਤੱਕ ਜਾਰੀ ਰਹੂਗਾ ਜੇ ਉਸ ਸਮੇਂ ਤੱਕ ਵੀ ਮੰਗਾ ਨਾ ਮੰਨੀਆਂ ਤਾਂ ਅਗਲੇ ਸੰਘਰਸ਼ ਦਾ ਫੈਸਲਾ ਲਿਆ ਜਾਵੇਗਾ ਤੇ ਕਿਸਾਨਾਂ ਦਾ ਇਹ ਸੰਘਰਸ਼ ਖਾਸ ਤੌਰ ਤੇ ਸੈਂਟਰ ਦੀ ਸਰਕਾਰ ਦੇ ਖਿਲਾਫ ਹੈ ਅੱਜ ਹੀ ਚੰਡੀਗੜ੍ਹ ਦੇ ਕਿਸਾਨ ਭਵਨ ਵਿੱਚ ਅੰਦੋਲਨ ਦੀ ਅਗਲੀ ਰਣਨੀਤੀ ਤੇ ਸਥਿਤੀ ਨੂੰ ਵਾਚਣ ਦੇ ਲਈ ਉੱਤਰੀ ਭਾਰਤ ਦੇ 6 ਸੂਬਿਆਂ ਤੋਂ 18 ਜਥੇਬੰਦੀਆਂ ਦੀ ਤਾਲਮੇਲ ਕਮੇਟੀ ਦੀ ਮੀਟਿੰਗ ਪ੍ਰਧਾਨ ਗੁਰਧਿਆਨ ਸਿੰਘ ਸਿਉਣਾ ਬੀਕੇਯੂ ਪਟੇੜੀ ਕਲਾਂ ਦੀ ਪ੍ਰਧਾਨਗੀ ਹੇਠ ਹੋਈ ਇਸ ਮੌਕੇ ਦਿਲਬਾਖ ਹਰੀਗੜ ਸੁਰੇਸ਼ ਕੌਧਰਵਿੰਦਰ ਸਿੰਘ ਗਿੱਲ ਨੇ ਪ੍ਰੈਸ ਕਾਨਫਰੰਸ ਜਾਣਕਾਰੀ ਪ੍ਰੈਸ ਕਾਨਫਰੰਸ ਦੇ ਵਿੱਚ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 23 ਤੇ 24 ਅਕਤੂਬਰ ਨੂੰ ਸੈਂਟਰ ਸਰਕਾਰ ਦੇ ਪੁਤਲੇ ਫੂਕੇ ਕਿਸਾਨੀ ਦੁਸਹਿਰਾ ਮਨਾਇਆ ਜਾਵੇਗਾ ਦੇਸ਼ ਭਰ ਦੇ ਵਿੱਚ ਮੋਦੀ ਸਰਕਾਰ ਤੇ ਕਾਰਪੋਰੇਟ ਘਰਾਣਿਆਂ ਦੇ ਦਿਓ ਕਦ ਪੁਤਲੇ ਫੂਕੇ ਕੇਂਦਰ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਦਾ ਵਿਰੋਧ ਕੀਤਾ ਜਾਊਗਾ 23 ਅਕਤੂਬਰ ਨੂੰ ਜ਼ਿਲ੍ਹਾ ਪੱਧਰ ਤੇ ਫਿਰ 24 ਅਕਤੂਬਰ ਨੂੰ ਪਿੰਡਾਂ ਦੇ ਵਿੱਚ ਕਾਰਪੋਰੇਟਾਂ ਦੇ ਪੁਤਲੇ ਫੂਕੇ ਜਾਣਗੇ ਉਨਾ ਕਿਹਾ ਕਿ ਰੇਲ ਰੋਕੋ ਅੰਦਾਲਨ ਲਗਾਤਾਰ ਵਿਆਪਕ ਹੋ ਰਿਹਾ ਹੈ 17 ਥਾਵਾਂ ਤੇ ਪਹਿਲੇ ਦਿਨ ਰੇਲਾਂ ਰੋਕੀਆਂ ਗਈਆਂ ਸਨ ਤੇ ਹੁਣ ਤਿੰਨ ਹੋਰ ਥਾਵਾਂ ਸਮਰਾਲਾ ਮਲੋਟ ਅਤੇ ਫਰੀਦਕੋਟ ਦੇ ਵਿੱਚ ਵੀ ਰੇਲ ਟਰੈਕ ਕਿਸਾਨਾਂ ਨੇ ਜਾਮ ਕਰ ਦਿੱਤੇ ਨੇ 30 ਸਤੰਬਰ ਯਾਨੀ ਕਿ ਕੱਲ ਨੂੰ ਹਰਿਆਣਾ ਦੇ ਅੰਮ੍ਰਾਲਾ ਦੇ ਵਿੱਚ ਰੇਲ ਜਾਮ ਕਰਕੇ ਅੰਦਾਲਨ ਹੋਰ ਵੱਡਾ ਕੀਤਾ ਜਾਊਗਾ 25 ਤਰੀਕ ਤੋਂ ਰੇਲ ਚੱਕਾ ਜਾਮ ਪੂਰੇ ਪੰਜਾਬ ਵਿੱਚ ਕਰਿਆ ਹੋਇਆ ਸੀ ਉਹਦਾ ਲਗਭਗ 18 ਜਗ੍ਹਾ ਤੋਂ ਰੇਲ ਚੱਕਾ ਜਾਮ ਹੋਇਆ ਹੈ ਤੇ ਅੱਜ ਉਸ ਦਾ ਦੂਸਰਾ ਦਿਨ ਆ ਦੂਸਰੇ ਦਿਨ ਦੇ ਵਿੱਚ ਜਿਹੜਾ ਸਾਨੂੰ ਹੰਗਾਰਾ ਬਹੁਤ ਜ਼ਿਆਦਾ ਭਰਮਾ ਹੰਗਾਰਾ ਮਿਲ ਰਿਹਾ ਤੇ ਕੱਲ ਨੂੰ ਸਾਨੂੰ ਇਹੋ 12 ਵਜੇ ਤੋਂ ਲੈ ਕੇ 4 ਵਜੇ ਤੱਕ ਉਹਦਾ ਐਂਡ ਕਰਨਾ ਉਹਦੇ ਵਿੱਚ ਸਭੀ ਤਿੰਨ ਜਗ੍ਹਾ ਨਵੇਂ ਪੁਆਇੰਟ ਲੈ ਰਹੇ ਆ ਜਿਹਦੇ ਵਿੱਚੋਂ ਸਿਵਰਾਲਾ ਮਲੋਟ ਤੇ ਅੰਮਾਲਾ ਹਰਿਆਣਾ ਇੱਕ ਸਾਡਾ ਹੋਰ ਅਕੇ ਦਾ ਐਲਾਨ ਆ ਜਿਹੜਾ ਸਾਡਾ ਆਨਲਾਈਨ ਟਾਈਮ ਦੇ ਵਿੱਚ ਇੱਕ ਵੱਡਾ ਪ੍ਰੋਗਰਾਮ 19 ਕਿਸਾਨ ਜਥੇਬੰਦੀਆਂ ਵੱਲੋਂ ਪੂਰੇ ਭਾਰਤ ਉੱਤਰੀ ਭਾਰਤ ਵਿੱਚ দেয়া ਜਾ ਰਿਹਾ 23 24 ਤਰੀਕ ਨੂੰ ਦਿਨ ਤੋਂ ਬਾਅਦ ਪਸਾਨ ਦਸਹਿਰਾ ਪ੍ਰੋਗਰਾਮ ਜਿਹਦੇ ਵਿੱਚ ਬਲੀ ਦੇ ਪ੍ਰਤੀਕ ਦਾ ਨਾਰਾ দেয়া ਜਾਊਗਾ ਜਿਹਦੇ ਵਿੱਚ ਕਾਰਪੋਰੇਟ ਘਰਾਣਿਆਂ ਦੇ ਜਾਂ ਬੀਜੇਪੀ ਸਰਕਾਰ ਬਰੁਤ ਪੁੱਤਰੇ ਫੁਕੇ ਜਾਣਗੇ 2015 ਦੇ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਤੋਂ ਬਾਅਦ ਜਿਹੜਾ ਬਹਿਬਲ ਕਲਾ ਪਿੰਡ ਦੇ ਵਿੱਚ ਗੋਲੀ ਕਾਂਡ ਵਾਪਰਿਆ ਸੀ ਉਸ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸਮੇਤ ਤਤਕਾਲੀ ਡੀਜੀਪੀ ਸੁਮੇத் ਸੈਣੀ ਜਿਹੜਾ ਕਿ ਹੁਣ ਸਾਬਕਾ ਡੀਜੀਪ ਹੈ ਅਤੇ ਉਸ ਦੇ ਨਾਲ ਹੀ ਉਮਰਾ ਨੰਗਲ ਪੁਲਿਸ ਅਧਿਕਾਰੀ ਪਰਮਰਾਜ ਸਿੰਘ ਉਮਰਾ ਨੰਗਲ ਨੂੰ ਅਦਾਲਤ ਨੇ ਵੱਡੀ ਰਾਹਤ ਦਿੱਤੀ ਹੈ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਇਹਨਾਂ ਤਿੰਨਾਂ ਨੂੰ ਅਗਾਊਂ ਜ਼ਮਾਨਤ ਦੇ ਦਿੰਦੀ ਹੈ ਤਿੰਨੇ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਜ਼ਮਾਨਤ ਦੀ ਅਪੀਲ ਲੈ ਕੇ ਪਹੁੰਚੇ ਸੀ ਤੇ ਹਾਈ ਕੋਰਟ ਦੇ ਜਸਟਿਸ ਅਨੂਪ ਚਿਤਕਾਰਾ ਨੇ ਇਹ ਫੈਸਲਾ ਸੁਣਾਇਆ ਹੈ ਜ਼ਾਹਿਰ ਤੌਰ ਤੇ ਇਹਨਾਂ ਦੇ ਲਈ ਇਹ ਵੱਡੀ ਰਾਹਤ ਹੈ ਉਧਰ ਪੱਕੇ ਮੋਰਚੇ ਤੇ ਬਹਿਬਲ ਕਲਾਂ ਦੇ ਵਿੱਚ ਕਾਂਗਰਸ ਦੀ ਸਰਕਾਰ ਵਲੇ ਤੋਂ ਬੈਠੇ ਪੀੜਤ ਨੌਜਵਾਨ ਸੁਖਰਾਜ ਸਿੰਘ ਨਿਆਮੀ ਵਾਲਾ ਨੇ ਆਰ ਪਾਰ ਦੀ ਲੜਾਈ ਸ਼ੁਰੂ ਕਰਨ ਦਾ ਐਲਾਨ ਕਰਦੇ ਆ 12 ਅਕਤੂਬਰ ਤੋਂ ਮਰਨ ਵਰਤ ਤੇ ਜਾਣ ਦਾ ਫੈਸਲਾ ਲੈ ਲਿਆ ਹੈ ਸੁਖਰਾ ਸਿੰਘ ਨਿਆਮੀਵਾਲਾ ਨੇ ਕਿਹਾ ਕਿ ਨਾ ਹੀ ਅਕਾਲੀ ਦਲ ਅਕਾਲੀਆਂ ਵਲੇ ਤਾਂ ਇਹ ਸਾਰਾ ਜਿਹੜਾ ਗੋਲੀकांड ਅਤੇ ਬੇਅਦਬੀ ਕਾਂਡ ਵਾਪਰਿਆ ਸੀ ਉਸ ਤੋਂ ਬਾਅਦ ਫਿਰ ਕਾਂਗਰਸ ਸਰਕਾਰ ਆਈ ਨਾ ਉਹਨਾਂ ਨੇ ਇਨਸਾਫ ਦਿੱਤਾ ਤੇ ਨਾ ਹੀ ਆਮ ਆਦਮੀ ਪਾਰਟੀ ਨੇ ਦਿੱਤਾ ਅਕਾਲੀਆਂ ਨੇ ਤਾਂ ਦੇਣਾ ਹੀ ਕੀ ਸੀ ਉਹਨਾਂ ਨੇ ਤਾਂ ਦੋਸ਼ੀਆਂ ਨੂੰ ਸਗੋਂ ਬਚਾਇਆ ਸੋ ਕਿਸੇ ਸਰਕਾਰ ਨੇ ਇਨਸਾਫ ਨਹੀਂ ਦਿੱਤਾ ਸਿਰਫ ਲਾਰੇ ਨੇ ਇਸ ਕਰਕੇ ਅੱਕ ਕੇ ਮਰਨ ਵਰਤ ਤੇ ਬੈਠਣਾ ਪੈ ਰਿਹਾ ਤਾਂ ਕਿ ਇਸ ਗੁਰੂ ਦੇ ਨਾਲ ਜੁੜੇ ਮਸਲੇ ਦੇ ਵਿੱਚ ਇਨਸਾਫ ਮਿਲ ਸਕੇ 2015 ਦੇ ਐਨਡੀਪੀਐਸ ਦੇ ਪੁਰਾਣੇ ਮਾਮਲੇ ਵਿੱਚ ਗ੍ਰਿਫਤਾਰ ਕੀਤੇ ਗਏ ਕਾਂਗਰਸ ਦੇ ਪੁਲਾਹਤ ਤੋਂ ਐਮਐਲਏ ਸੁਖਪਾਲ ਸਿੰਘ ਖੈਰਾ ਦੀ ਗ੍ਰਿਫਤਾਰੀ ਤੋਂ ਬਾਅਦ ਪੰਜਾਬ ਦਾ ਸਿਆਸੀ ਮਾਹੌਲ ਪਖਦਾ ਜਾ ਰਿਹਾ ਹੈ ਖੈਰਾ ਨੂੰ ਮਿਲਣ ਦੇ ਲਈ ਸ਼ੁੱਕਰਵਾਰ ਨੂੰ ਪੰਜਾਬ ਕਾਂਗਰਸ ਦੇ ਤਕਰੀਬਨ ਸਾਰੇ ਵੱਡੇ ਲੀਡਰ ਜਲਾਲਾਬਾਦ ਥਾਣੇ ਪਹੁੰਚੇ ਪਰ ਅੱਗੇ ਉਹ ਥਾਣਾ ਖਾਲੀ ਨਿਕਲਿਆ ਖੈਰਾ ਉੱਥੇ ਨਹੀਂ ਸੀ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਪੁਲਿਸ ਤੇ ਸਵਾਲ ਚੁੱਕੇ ਅਤੇ ਕਿਹਾ ਕਿ 15 ਮਿੰਟ ਥਾਣੇ ਦੇ ਮੇਨ ਗੇਟ ਬਾਹਰ ਖੜੇ ਰਹੇ ਪਰ ਕਿਸੇ ਵੀ ਪੁਲਿਸ ਕਰਮੀ ਨੇ ਦਰਵਾਜ਼ਾ ਹੀ ਨਹੀਂ ਖੋਲ੍ਹਿਆ ਫਿਰ ਇੱਕ ਮੁਲਾਜ਼ਮ ਨੇ ਦੱਸਿਆ ਕਿ ਸੁਖਪਾਲ ਸਿੰਘ ਖੈਰਾ ਨੂੰ ਫਾਜ਼ਿਲਕਾ ਸੀਆਈਏ ਸਟਾਫ ਵਾਲੇ ਲੈ ਗਏ ਨੇ ਤੇ ਹੁਣ ਕਹਿੰਦੇ ਅਸੀਂ ਫਾਜ਼ਿਲਕਾ ਜਾ ਰਹੇ ਹਾਂ ਕਾਂਗਰਸ ਦੇ ਲੀਡਰਾਂ ਨੇ ਫਾਜ਼ਿਲਕਾ ਜਾਣ ਦੀ ਜਾਣਕਾਰੀ ਦਿੱਤੀ ਸੋ ਇਹ ਵੱਡਾ ਖੁਲਾਸਾ ਹੋਇਆ ਕਿ ਫਾਜ਼ਿਲਕਾ ਦੇ ਵਿੱਚ ਖੈਰਾ ਨੂੰ ਰੱਖਿਆ ਗਿਆ ਜਲਾਲਾਬਾਦ ਪੁਲਿਸ ਖੈਰਾ ਨੂੰ ਉਹਨਾਂ ਦੇ ਚੰਡੀਗੜ੍ਹ ਵਾਲੇ ਘਰ ਤੋਂ ਗ੍ਰਿਫਤਾਰ ਕਰਕੇ ਲੈ ਕੇ ਗਈ ਸੀ ਤੇ ਉਸ ਤੋਂ ਬਾਅਦ 2 ਦਿਨ ਦਾ ਪੁਲਿਸ ਰਿਮਾਨ ਮਿਲਣ ਤੋਂ ਬਾਅਦ ਖੈਰਾ ਨੂੰ ਸੀਆਈਏ ਸਟਾਫ ਫਾਜ਼ਿਲ ਕਾ ਦੇ ਵਿੱਚ ਰੱਖਿਆ ਗਿਆ ਰਾਜਾ ਵੜਿੰਗ ਦੇ ਨਾਲ ਕਾਂਗਰਸ ਦੇ ਵੱਡੇ ਲੀਡਰ ਪ੍ਰਤਾਪ ਸਿੰਘ ਬਾਜਵਾ ਤੇ ਸੁਖਜਿੰਦਰ ਸਿੰਘ ਰੰਧਾਵਾ ਵੀ ਪਹੁੰਚੇ ਹੋਏ ਸਨ ਪਰ ਕਿਸੇ ਨੂੰ ਸੁਖਪਾਲ ਖੈਰਾ ਨਾਲ ਮਿਲਣ ਦੀ ਇਜਾਜ਼ਤ ਨਹੀਂ ਮਿਲੀ ਬਾਜਵਾ ਨੇ ਇਸ ਤੋਂ ਬਾਅਦ ਕਿਹਾ ਕਿ ਸੀਨੀਅਰ ਲੀਡਰਸ਼ਿਪ ਦਾ ਵਫਾਦ ਰਜ਼ਾਨਾ ਖੈਰਾ ਨੂੰ ਮਿਲਣ ਆਇਆ ਗਿਆ ਜਦੋਂ ਤੱਕ ਜ਼ਮਾਨਤ ਨਹੀਂ ਮਿਲਦੀ ਉਦੋਂ ਤੱਕ ਅਸੀਂ ਡਟੇ ਰਹਾਂਗੇ ਹਾਲਾਂਕਿ ਬਾਜਵਾ ਨੇ ਇੰਡੀਆ ਗੱਠ ਜੋੜ ਦੇ ਪੁੱਛੇ ਸਵਾਲ ਦਾ ਜਵਾਬ ਨਹੀਂ ਦਿੱਤਾ ਜੀ ਸੋਚਾਂਗੇ ਬਠਿੰਡੇ ਅਸੀਂ ਚੱਲੇ ਆਂ ਬਠਿੰਡੇ ਜਾ ਕੇ ਅਸੀਂ ਬਾਕਾਇਦਾ ਤੌਰ ਸੋਚਾਂ ਵਿਚਾਰਾਂਗੇ ਕੀ ਕਰਨਾ ਕੱਲ ਇੱਕ ਡੈਲੀਗੇਸ਼ਨ ਸੀਨ ਲੀਡਰਸ਼ਿਪ ਦਾ ਫੇਰ ਆਇਗਾ ਇਥੇ ਇਹਨਾਂ ਦੀ ਹਰ ਤਰੀਕ ਤੇ ਆਏਗਾ ਜਿੰਨਾ ਚਿਰ ਇਹਨਾਂ ਦੀ ਅਸਮਾਨਤਰੀ ਹੁੰਦੀ ਅਸੀਂ ਪੁਰਜ਼ੋਰ ਹਰ ਵਰਕਰ ਦੀ ਲੜਾਈ ਦਵਾਂ ਵੇਖੋ ਸਿੱਧੇ ਤੌਰ ਅਸੀਂ ਦੱਸ ਦਿੱਤਾ ਇਹਦੀ ਭਾਰੀ ਇਹਨਾਂ ਨੂੰ ਕੀਮਤ ਅਦਾ ਕਰਨੀ ਪੈਗੀ ਮੈਂ ਇਹੀ ਕਹਿੰਦਾ ਬਾਜਵਾ ਨੇ ਇਹ ਵੀ ਕਿਹਾ ਕਿ ਅਸੀਂ ਬਦਲਾਖੋਰੀ ਨੀਤੀ ਖਿਲਾਫ ਸੜਕਾਂ ਤੇ ਉਤਰਾਂਗੇ ਆਮ ਆਦਮੀ ਪਾਰਟੀ ਦੀ ਪ੍ਰੈਸ਼ਰ ਦੀ ਰਣਨੀਤੀ ਦੇ ਸਾਹਮਣੇ ਅਸੀਂ ਸਿਰ ਨਹੀਂ ਝੁਕਾਵਾਂਗੇ ਕਾਂਗਰਸ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਵੀ ਤਸਵੀਰਾਂ ਸਾਂਝੀਆਂ ਕਰਦੇ ਹੋਏ ਕਿਹਾ ਕਿ ਸੁਖਪਾਲ ਖੈਰਾ ਜੀ ਨੂੰ ਮਿਲਣ ਲਈ ਪਹਿਲਾਂ ਜਲਾਲਾਬਾਦ ਸਦਰ ਥਾਣੇ ਪਹੁੰਚੇ ਜਿੱਥੇ ਪੁਲਿਸ ਵਾਲਿਆਂ ਨੇ ਸਾਨੂੰ ਦੱਸਿਆ ਕਿ ਖੈਰਾ ਨੂੰ ਫਾਜ਼ਿਲਕਾ ਲੈ ਗਏ ਨੇ ਅਸੀਂ ਉੱਥੇ ਪਹੁੰਚੇ ਪਰ ਉੱਥੇ ਵੀ ਪੁਲਿਸ ਅਧਿਕਾਰੀਆਂ ਨੇ ਸਾਨੂੰ ਮਿਲਵਾਉਣ ਤੋਂ ਆਨਕਾਨੀ ਕੀਤੀ ਪਹਿਲਾ ਬਦਲਾਖੋਰੀ ਦੀ ਸਿਆਸਤ ਹੈ ਤੇ ਇੱਕ ਮੌਜੂਦਾ ਵਿਧਾਇਕ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਹੁਣ ਕਿਸੇ ਨੂੰ ਮਿਲਣ ਵੀ ਨਹੀਂ ਦਿੱਤਾ ਜਾ ਰਿਹਾ ਪੁਲਿਸ ਪ੍ਰਸ਼ਾਸਨ ਦਾ ਇਹ ਵਤੀਰਾ ਕਹਿੰਦੇ ਬੇਹੱਦ ਨਿੰਦਣਯੋਗ ਹੈ ਇਸ ਮਸਲੇ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਆਖਿਰਕਾਰ ਬੋਲੇ ਨੇ ਹਾਲਾਂਕਿ ਉਹਨਾਂ ਨੇ ਸੁਖਪਾਲ ਖੈਰਾ ਦਾ ਨਾਮ ਜ਼ੁਬਾਨ 'ਚ ਨਹੀਂ ਲਿਆ ਪਰ ਸਿੱਧਾ-ਸਿੱਧਾ ਪਤਾ ਲੱਗਦਾ ਕਿ ਨਿਸ਼ਾਨਾ ਕਿੱਧਰ ਨੂੰ ਲੱਗ ਰਿਹਾ ਹੈ ਮਾਨ ਨੇ ਕਿਹਾ ਜਿਨ੍ਹਾਂ ਨੇ ਪੰਜਾਬ ਦਾ ਖਜ਼ਾਨਾ ਲੁੱਟਿਆ ਜਾਂ ਕੋਈ 5-10 ਸਾਲ ਪਹਿਲਾਂ ਕਿਸੇ ਡਰੱਗ ਵਾਲੇ ਕੇਸ 'ਚ ਕਿਸੇ ਦਾ ਨਾਮ ਆਇਆ ਉਹਨਾਂ ਖਿਲਾਫ ਕਾਰਵਾਈ ਜ਼ਰੂਰ ਹੋਵੇਗੀ ਭਗਵੰਤ ਮਾਨ ਸੰਗਰੂਰ ਪਹੁੰਚੇ ਹੋਏ ਸਨ ਜਿੱਥੇ ਉਹਨਾਂ ਨੇ ਪੂਰੇ ਜ਼ਿਲ੍ਹੇ ਦੇ ਵਿੱਚ 12 ਪਿੰਡਾਂ ਦੇ ਲਈ ਲਾਇਬ੍ਰੇਰੀਆਂ ਦਾ ਉਦਘਾਟਨ ਕੀਤਾ ਧੂਰੀ ਦੇ ਪਿੰਡ ਕਨੌਰੀ ਕਲਾਂ ਦੇ ਵਿੱਚ ਮੁੱਖ ਸਮਾਗਮ ਰੱਖਿਆ ਗਿਆ ਜਿੱਥੇ ਸੀਐਮ ਨੇ ਸੁਖਪਾਲ ਸਿੰਘ ਖਹਿਰਾ ਅਤੇ ਮਨਪ੍ਰੀਤ ਸਿੰਘ ਬਾਦਲ ਤੇ ਇਸ਼ਾਰਿਆਂ ਦੇ ਇਸ਼ਾਰਿਆਂ ਹੀ ਇਸ਼ਾਰਿਆਂ ਵਿੱਚ ਹੋਈ ਕਾਰਵਾਈ ਨੂੰ ਠੀਕ ਦੱਸਿਆ ਇਸ ਦਰਮਿਆਨ ਸੀਐਮ ਭਗਵੰਤ ਮਾਨ ਦਾ ਐਮਪੀ ਹੁੰਦਿਆਂ ਦਾ ਇੱਕ ਪੁਰਾਣਾ ਵੀਡੀਓ ਵੀ ਵਾਇਰਲ ਹੋ ਰਿਹਾ ਜਿਸ ਵਿੱਚ ਉਹਨਾਂ ਨੇ ਇੱਕ ਨਿੱਜੀ ਪੰਜਾਬੀ ਚੈਨਲ ਨੂੰ ਇੰਟਰਵਿਊ ਦਿੱਤਾ ਸੀ ਤੇ ਉਹ ਪੂਰਾ ਡਟ ਕੇ ਖੈਰਾ ਖਿਲਾਫ ਕੇਸ ਨੂੰ ਝੂਠਾ ਦੱਸ ਰਹੇ ਨੇ ਕਿ ਸਵਾਲ ਜਿਹੜੇ ਲੋਕ ਸਭਾ ਦੇ ਪੈਂਦੇ ਨੂੰ 14-15 ਦਿਨ ਪਹਿਲਾਂ ਪੈਣ ਲੱਗ ਜਾਂਦੇ ਨੇ ਸੋ ਮੈਂ ਇੱਕ ਪੋਲੀਟੀਕਲ ਵੈਂਡੇਟਾ ਤੇ ਮੈਂ ਸਵਾਲ ਵੀ ਪਾ ਰਿਹਾ ਹਾਂ ਲੋਕ ਸਭਾ ਦੇ ਵਿੱਚ ਸਪੈਸ਼ਲੀ ਖਹਿਰਾ ਸਾਹਿਬ ਵਾਲਾ ਕਿ ਕਿਸ ਤਰ੍ਹਾਂ ਜਿਹੜੇ ਸੱਚੇ ਬੰਦੇ ਨੇ ਸੱਚ ਬੋਲਣ ਵਾਲਿਆਂ ਨੂੰ ਚੁਣ-ਚੁਣ ਕੇ ਨਿਸ਼ਾਨਾ ਬਣਾਇਆ ਜਾ ਰਿਹਾ ਤੇ ਆਪਸ ਵਿੱਚ ਕਿਵੇਂ ਇਹ ਪਾਰਟੀਆਂ ਦੋਨੇ ਲੜੀਆਂ ਹੋਈਆਂ ਨੇ ਸੋ ਹਰ ਵਕਤ ਖਹਿਰਾ ਸਾਹਿਬ ਦੇ ਨਾਲ ਆਹੁਦੇਦਾਰ ਵੀ ਔਰ ਦਿੱਲੀ ਦੀ ਲੀਡਰਸ਼ਿਪ ਵੀ ਉਹਨਾਂ ਨੂੰ ਸੁਜੈਸਟ ਵੀ ਕਰਦੇ ਰਹੇ ਆ ਕਿ ਦਿੱਲੀ ਦੇ ਵਿੱਚ ਲੀਗਲ ਖਹਿਰਾ ਸਾਹਿਬ ਨੂੰ ਕਿ ਕਿਸ ਤਰ੍ਹਾਂ ਕਰਨਾ ਚਾਹੀਦਾ ਜਦੋਂ ਉਹਦੇ ਵਿੱਚ ਇਹੀ ਹੈ ਦੇਖੋ ਹੁਣ ਤਾਂ ਸੁਪਰੀਮ ਕੋਰਟ ਨੇ ਵੀ ਰਾਹ ਦਿੱਤੀ ਜਿਹੜੇ ਮੈਟਰ ਹੈ ਨਾ ਤਾਂ ਖੈਰਾ ਸਾਹਿਬ ਦਾ ਨਾਂ ਕਿਤੇ ਚਾਰ ਸ਼ੀਟ 'ਚ ਹੈ ਨਾ ਕਿਸੇ ਚਲਾਨ 'ਚ ਪੇਸ਼ ਕੀਤਾ ਹੈ ਨਾ ਕੋਈ ਐਫ ਆਈ ਆਰ 'ਚ ਹੈ ਕਿਸ ਤਰ੍ਹਾਂ ਉਹ ਜਿਹੜਾ ਇਹਨਾਂ ਨੇ 319 ਦੇ ਅੰਡਰ ਲੈ ਲਿਆ ਉਹ ਸਾਨੂੰ ਜਿਹੜੇ ਦਿੱਲੀ ਦੇ ਵੀ ਨੇ ਕੁਝ ਪੰਜਾਬ ਦੇ ਜਿਹੜੇ ਲੀਗਲ ਐਕਸਪਰਟ ਨੇ ਉਹਨਾਂ ਨੇ ਕਿਹਾ ਕਿ ਇਸ ਕੇਸ ਦੇ ਵਿੱਚ ਕੁਝ ਨਹੀਂ ਇਹ ਸਿਰਫ ਪੋਲਿਟੀਕਲ ਵੈਂਡੇਟਾ ਹੈ ਔਰ ਸਿਆਸੀ ਬਦਲਾਖੋਰੀ ਦੀ ਹੱਦ ਹੈ ਕਿ ਉਹ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਵੀ ਇੱਕ ਪੱਤਰਕਾਰ ਨੇ ਇਸ ਬਾਰੇ ਜਦੋਂ ਸਵਾਲ ਪੁੱਛਿਆ ਤਾਂ ਉਹਨਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਇੰਡੀਆ ਗੱਠਜੋੜ ਨੂੰ ਸਮਰਪਿਤ ਹੈ ਜਿਹਦੇ ਵਿੱਚ ਕਾਂਗਰਸ ਵਿਸ਼ਾ ਆਮ ਆਦਮੀ ਪਾਰਟੀ ਕਹਿੰਦੇ ਕਿਸੇ ਵੀ ਹਾਲਤ ਵਿੱਚ ਭਾਰਤ ਗੱਠ ਜੋੜ ਤੋਂ ਵੱਖ ਨਹੀਂ ਹੋਏਗੀ ਆਮ ਆਦਮੀ ਪਾਰਟੀ ਦੀ ਸਰਕਾਰ ਨਸ਼ੇ ਦੇ ਖਾਤਮੇ ਲਈ ਵੀ ਵਚਨਬੱਧ ਹੈ ਪਰ ਮੈਂ ਕਿਸੇ ਵਿਸ਼ੇਸ਼ ਕੇਸ ਜਾਂ ਕਿਸੇ ਵਿਸ਼ੇਸ਼ ਵਿਅਕਤੀ ਦੀ ਗੱਲ ਨਹੀਂ ਕਰ ਰਿਹਾ ਕਿਉਂਕਿ ਮੇਰੇ ਕੋਲ ਜਾਣਕਾਰੀ ਨਹੀਂ ਹੈ ਸਾਰੀ ਜਾਣਕਾਰੀ ਕਹਿੰਦੇ ਪੰਜਾਬ ਪੁਲਿਸ ਕੋਲ ਹੈ ਯਾਨੀ ਕਿ ਅਰਵਿੰਦ ਕੇਜਰੀਵਾਲ ਨੇ ਬੜਾ ਹੀ ਮਿਣਮਾ ਤੋਲਵਾ ਤੇ ਬਹੁਤ ਹੀ ਗੋਲਮੋਲ ਜਾਂ ਇਥੇ ਜਵਾਬ ਦਿੱਤਾ ਹੈ ਉਹਨਾਂ ਨੇ ਜਿਹੜਾ ਹੈਗਾ ਇੱਥੇ ਪੰਜਾਬ ਦੀਆਂ ਜਿਹੜੀਆਂ ਆਮ ਆਦਮੀ ਪਾਰਟੀ ਤੇ ਕਾਂਗਰਸ ਪਾਰਟੀਆਂ ਜਿਹੜੀਆਂ ਕਿ ਅੜੀਆਂ ਹੋਈਆਂ ਨੇ ਇਸ ਗੱਲ ਤੇ ਕਿ ਅਸੀਂ ਗੱਠਜੋੜ ਪੰਜਾਬ 'ਚ ਨਹੀਂ ਕਰਾਂਗੇ ਉਹਨਾਂ ਨੂੰ ਵੀ ਕਿਤਨਾ ਕਿਤੇ ਸੰਕੇਤ ਦਿੱਤੇ ਨੇ ਕਿ ਅਸੀਂ ਡਟ ਕੇ ਇੰਡੀਆ ਗੱਠਜੋੜ ਦੇ ਨਾਲ ਹਾਂ ਪੰਜਾਬ ਦੇ ਵਿੱਚ ਤੁਹਾਨੂੰ ਵੀ ਇਹ ਸਹਿਣਾ ਹੀ ਪਊਗਾ ਕਰਨਾ ਹੀ ਪਊਗਾ ਤੇ ਦੂਸਰੇ ਪਾਸੇ ਉਹਨਾਂ ਨੇ ਸੁਖਪਾਲ ਸਿੰਘ ਖਹਿਰਾ ਜਿਹੜੇ ਕਦੇ ਅਰਵਿੰਦ ਕੇਜਰੀਵਾਲ ਦੇ ਸਾਥੀ ਹੁੰਦੇ ਸੀ ਉਹਨਾਂ ਨੂੰ ਵੀ ਇੱਕ ਸੰਕੇਤ ਦੇ ਦਿੱਤਾ ਹੈ ਕਿ वचनबद्ध ले पहली क्लियर कर दू कि आम आदमी पार्टी इंडिया अलायंस के प्रति कमिटेड है और आम आदमी पार्टी बिल्कुल किसी भी हालत में इंडिया अलायंस से अलग नहीं होगा और एलायंस के धर्म को निभाने के लिए हम पूरी तरह से कटिबद्ध हैं कल मैंने सुना था कि नशे की वजह से किसी पर्टिकुलर नेता या किसी पर्टिकुलर व्यक्ति को पंजाब पुलिस ने गिरफ्तार किया था मेरे पास डिटेल्स नहीं है डिटेल्स के लिए आपको पंजाब पुलिस से बात करनी पड़ेगी दे कैन ओनली प्रोवाइड यू द डिटेल्स ऑफ द केस वाई वॉज अरेस्टेड एक्सेट्रा बट द गवर्नमेंट इन पंजाब मान गवर्नमेंट इज कमिटेड आम आदमी पार्टी गवर्नमेंट इज कमिटेड टू uh, जो नशा है नशे को खत्म करने के लिए हम बिल्कुल कमिटेड है क्योंकि नशे ने हमारे युवाओं को पूरी एक पीढ़ी को बर्बाद कर दिया है जिस स्केल के ऊपर नशा आप इमेजिन भी नहीं कर सकते तो उसके खिलाफ एक जो जंग छिड़ी हुई है उस जंग में फिर कोई कितना भी बड़ा आदमी हो कितना भी छोटा आदमी हो उसे फिर बख्शा नहीं जाएगा लेकिन मैं किसी भी इंडिविजुअल केस और किसी भी इंडिविजुअल के ऊपर टिप्पणी नहीं करना चाहूंगा ਬਿਕੋਜ਼ ਡੀਟੇਲਸ ਮੇਰੇ ਪਾਸ ਨਹੀਂ ਹੈ ਡੀਟੇਲਸ ਕੋ ਕੇ ਲਈ ਆਪਕੋ ਪੰਜਾਬ ਪੁਲਿਸ ਸੇ ਬਾਤ ਕਰਨੀ ਪੜੇਗੀ ਇਸ ਦਰਮਿਆਨ ਪੰਜਾਬ ਬੀਜੇਪੀ ਦੇ ਪ੍ਰਧਾਨ ਸੁਨੀਲ ਜਾਖੜ ਦਾ ਵੀ ਵੱਡਾ ਬਿਆਨ ਆਇਆ ਹੈ ਜਾਖੜ ਨੇ ਦਾਵਾ ਕੀਤਾ ਕਿ ਸੁਖਪਾਲ ਸਿੰਘ ਖਹਿਰਾ ਦੀ ਗ੍ਰਿਫਤਾਰੀ ਦਾ ਸਮਾਂ ਕਾਫੀ ਕੁਝ ਬਿਆਨ ਕਰਦਾ ਇੱਕ ਪਾਸੇ ਪੰਜਾਬ ਦੇ ਕਿਸਾਨ ਰੇਲ ਪਟੜੀਆਂ ਤੇ ਬੈਠੇ ਨੇ ਕੁਝ ਦਿਨ ਪਹਿਲਾਂ ਹੀ ਪੰਜਾਬ ਦੇ ਰਾਜਪਾਲ ਨੇ 50000 ਕਰੋੜ ਰੁਪਏ ਦੇ ਕਰਜ਼ੇ ਬਾਰੇ ਵੇਰਵੇ ਮੰਗੇ ਸੀ ਤੇ ਇਹਨਾਂ ਗੱਲਾਂ ਤੋਂ ਧਿਆਨ ਭਟਕਾਉਣ ਦੇ ਲਈ ਪਹਿਲਾਂ ਮਨਪ੍ਰੀਤ ਸਿੰਘ ਬਾਦਲ ਖਿਲਾਫ ਪਰਚਾ ਦਰਜ ਕੀਤਾ ਗਿਆ ਤੇ ਹੁਣ ਕਿਸਾਨਾਂ ਦੇ ਮੁੱਦੇ ਤੋਂ ਧਿਆਨ ਭਟਕਾਉਣ ਦੇ ਲਈ ਸੁਖ ਪਾਲ ਖੇਰਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਕਹਿੰਦੇ ਇਹਨਾਂ ਕਾਰਵਾਈਆਂ ਤੋਂ ਪਤਾ ਲੱਗਦਾ ਹੈ ਕਿ ਸਰਕਾਰ ਇਮਾਨਦਾਰੀ ਦੇ ਨਾਲ ਕੰਮ ਨਹੀਂ ਕਰ ਰਹੀ ਸੁਖਪਾਲ ਸਿੰਘ ਖਹਿਰਾ ਦਾ ਪੁਲਿਸ ਰਿਮਾਂਡ ਹੈ ਉਹ ਵੀ ਸ਼ਨੀਵਾਰ ਨੂੰ ਖਤਮ ਹੋ ਜਾਏਗਾ ਤੇ 30 ਸਤੰਬਰ ਨੂੰ ਮੁੜ ਉਹਨਾਂ ਦੀ ਜਲਾਲਾਬਾਦ ਅਦਾਲਤ ਵਿੱਚ ਪੇਸ਼ੀ ਹੋਵੇਗੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਜਿਹੜਾ ਸ਼ੁੱਕਰਵਾਰ ਨੂੰ ਸੰਗਰੂਰ ਜ਼ਿਲ੍ਹੇ ਦੇ ਵਿੱਚ 12 ਲਾਇਬ੍ਰੇਰੀਆਂ ਦਾ ਉਦਘਾਟਨ ਕੀਤਾ ਹੈ ਇਸ ਦਰਮਿਆਨ ਉਹਨਾਂ ਦਾ ਇੱਕ ਪ੍ਰੋਗਰਾਮ ਧੂਰੀ ਦੇ ਸ਼ੇਰਪੁਰ ਰੋਡ ਤੇ ਇੱਕ ਪੈਲਸ ਦੇ ਵਿੱਚ ਲੋਕਾਂ ਨੂੰ ਸੰਬੋਧਨ ਕਰਨ ਦਾ ਵੀ ਸੀ ਪਰ ਇਸ ਦਰਮਿਆਨ ਕਿਸਾਨਾਂ ਨੇ ਸੀਐਮ ਦਾ ਜ਼ਬਰਦਸਤ ਵਿਰੋਧ ਕੀਤਾ ਤੜਕੇ ਹੀ ਗੰਨਾ ਕਾਸ਼ਤ ਕਰ ਕਿਸਾਨਾਂ ਨੇ ਪੈਲਸ ਵਾਲਾ ਰੋਡ ਜਾਮ ਕਰਕੇ ਨਾਰੇਬਾਜ਼ੀ ਸ਼ੁਰੂ ਕਰ ਦਿੱਤੀ ਤਾਂ ਪੁਲਿਸ ਪ੍ਰਸ਼ਾਸਨ ਨੂੰ ਹੱਥਾਂ ਪੈਰਾਂ ਦੀ ਪੈ ਗਈ ਪੁਲਿਸ ਨੇ ਵੱਡੀ ਗਿਣਤੀ ਵਿੱਚ ਕਿਸਾਨਾਂ ਨੂੰ ਹਿਰਾਸਤ ਵਿੱਚ ਲੈ ਲਿਆ ਗੰਨਾ ਕਾਸ਼ਤਕਰਾਂ ਦਾ 슈ਗਰ ਮਿਲ ਵੱਲ 19 ਕਰੋੜ ਰੁਪਏ ਦਾ ਬਕਾਇਆ ਖੜਾ ਜਿਸ ਦੀ ਅਦਾਇਗੀ ਦੇ ਲਈ ਉਹ ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੇ ਨੇ ਕਿਸਾਨਾਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਚੋਣਾਂ ਤੋਂ ਪਹਿਲਾਂ ਤਾਂ ਉਹਨਾਂ ਨੂੰ ਹੱਕ ਦਿਵਾਉਣ ਦੀ ਗੱਲ ਕਰਦੇ ਸੀ ਪਰ ਹੁਣ ਉਹਨਾਂ ਨੂੰ ਉਨ੍ਹਾਂ ਦੀ ਹੀ ਸਰਕਾਰ ਦੇ ਵਿੱਚ ਹੱਕ ਲੈਣ ਦੇ ਲਈ ਪ੍ਰਦਰਸ਼ਨ ਕਰਨਾ ਪੈ ਰਿਹਾ ਹੈ ਮੁੱਖ ਮੰਤਰੀ ਭਗਵੰਤ ਮਾਨ ਦੇ ਸ਼ਹਿਰ ਧੂਰੀ ਦੇ ਵਿੱਚ ਇੱਕ ਹੋਰ ਧਰਨਾ ਵੀ ਲੱਗਿਆ ਹੋਇਆ ਹੈ ਨਹਿਰੀ ਪਾਣੀ ਦੀ ਮੰਗ ਕਰ ਰਹੇ ਜਿਹੜੇ ਕਿਸਾਨ ਨੇ ਉਹਨਾਂ ਦਾ ਕਿਰਤੀ ਕਿਸਾਨ ਯੂਨੀਅਨ ਦੀ ਅਗਵਾਈ ਦੇ ਵਿੱਚ ਕਈ ਦਿਨਾਂ ਤੋਂ ਧਰਨਾ ਮੁੱਖ ਮੰਤਰੀ ਭਗਵੰਤ ਮਾਨ ਦੇ ਧੂਰੀ ਦਫ਼ਤਰ ਦੇ ਬਾਹਰ ਜਾਰੀ ਹੈ ਤੇ ਤਾਜ਼ਾ ਜਾਣਕਾਰੀ ਮੁਤਾਬਕ ਇਹਨਾਂ ਕਿਸਾਨਾਂ ਦੀ ਇੱਕ ਵਾਰ ਫਿਰ 5 ਅਕਤੂਬਰ ਨੂੰ ਸੂਬੇ ਦੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦੇ ਨਾਲ ਬੈਠਕ ਹੋਵੇਗੀ ਹਾਲਾਂਕਿ ਇਸ ਤੋਂ ਪਹਿਲਾਂ ਹੋਈ ਬੈਠਕ ਦੇ ਵਿੱਚ ਕੋਈ ਸਿੱਟਾ ਨਹੀਂ ਨਿਕਲਿਆ ਜਿਸ ਤੋਂ ਬਾਅਦ ਕਿਸਾਨਾਂ ਨੇ ਸੀਐਮ ਭਗਵੰਤ ਮਾਨ ਦਾ 2 ਦਿਨ ਪਹਿਲਾਂ ਪੁਤਲਾ ਵੀ ਫੂਕਿਆ ਸੀ ਮਾਨਸਾ ਤੋਂ ਵੀ ਕਿਸਾਨਾਂ ਨਾਲ ਜੁੜੀ ਇੱਕ ਖਬਰ ਦੱਸ ਦਿੰਦੇ ਹਾਂ ਜਿੱਥੇ ਪਾਵਰ ਕਾਰਪੋਰੇਸ਼ਨ ਦੇ ਵੱਲੋਂ ਪਿੰਡਾਂ ਵਿੱਚ ਲਾਏ ਜਾ ਰਹੇ 스마트 ਮੀਟਰਾਂ ਦਾ ਲਗਾਤਾਰ ਵਿਰੋਧ ਚੱਲ ਰਿਹਾ ਹੈ ਮਾਨਸਾ ਜ਼ਿਲ੍ਹੇ ਦੇ ਪਿੰਡ ਭੈਣੀਵਾਗਾ ਵਿੱਚ ਕਿਸਾਨਾਂ ਵੱਲੋਂ 스마트 ਮੀਟਰਾਂ ਨੂੰ ਪਟਕੇ ਪਾਵਰਕਾਮ ਦਫ਼ਤਰ ਦੇ ਵਿੱਚ ਜਮ੍ਹਾਂ ਕਰਵਾ ਦਿੱਤਾ ਗਿਆ ਤੇ ਚੇਤਾਵਨੀ ਦਿੱਤੀ ਕਿ ਉਹ ਪਿੰਡਾਂ ਵਿੱਚ 스마트 ਮੀਟਰ ਬਿਜਲੀ ਦੇ ਨਹੀਂ ਲਗੰਦੇਣਗੇ ਇੱਕ ਪਾਸੇ ਪੁਲਿਸ ਨੇ ਸੁਖਪਾਲ ਸਿੰਘ ਖੈਰਾ ਨੂੰ ਜੇਲ੍ਹ ਦੇ ਵਿੱਚ ਬੰਦ ਕਰ ਦਿੱਤਾ ਹੈ ਤਾਂ ਦੂਸਰੇ ਪਾਸੇ ਵਿਜੀਲੈਂਸ ਭਾਜਪਾ ਲੀਡਰ ਮਨਪ੍ਰੀਤ ਸਿੰਘ ਬਾਦਲ ਦੇ ਪਿੱਛੇ ਪਈ ਹੋਈ ਹੈ ਮਨਪ੍ਰੀਤ ਬਾਦਲ ਨੂੰ ਲੱਭਣ ਲਈ ਲਗਾਤਾਰ ਛਾਪੇਮਾਰੀ ਚੱਲ ਰਹੀ ਹੈ ਹਿਮਾਚਲ ਦੇ ਵਿੱਚ ਵੀ ਪੰਜਾਬ ਵਿਜੀਲੈਂਸ ਦੀ ਟੀਮ ਪਹੁੰਚੀ ਹੈ ਇਸ ਦਰਮਿਆਨ ਵੱਡੀ ਖਬਰ ਇਹ ਹੈ ਕਿ ਮਨਪ੍ਰੀਤ ਬਾਦਲ ਨੇ ਨਵੇਂ ਸਿਰਿਓਂ ਅਦਾਲਤ ਦੇ ਵਿੱਚ ਅਗਾਊਂ ਜ਼ਮਾਨਤ ਅਰਜ਼ੀ ਦਾਖਲ ਕਰ ਦਿੱਤੀ ਹੈ ਬਠਿੰਡਾ ਸੈਸ਼ਨ ਕੋਰਟ ਦੇ ਵਿੱਚ ਅਰਜ਼ੀ ਦਾਖਲ ਕੀਤੀ ਗਈ ਹੈ ਜਿਸ ਨੂੰ ਮਨਜ਼ੂਰ ਕਰ ਲਿਆ ਗਿਆ ਹੈ 4 ਅਕਤੂਬਰ ਨੂੰ ਇਸ ਅਰਜ਼ੀ ਦੇ ਉੱਤੇ ਇਸ ਮੰਗ ਤੇ ਪਟੀਸ਼ਨ ਤੇ ਸੁਣਵਾਈ ਹੋਵੇਗੀ ਮੰਨਪ੍ਰਿਤ ਬਾਦਲ ਦੇ ਲੰਬੀ ਵਿਚਲੇ ਘਰ ਦੇ ਵਿੱਚ ਤਾਂ ਪਿਛਲੇ ਦਿਨਾਂ ਦੇ ਵਿੱਚ ਵਿਜੀਲੈਂਸ ਛਾਪਾ ਮਾਰਨ ਪਹੁੰਚੀ ਸੀ ਹੁਣ ਪੰਜਾਬ ਦੇ ਗੁਆਂਢੀ ਸੂਬਿਆਂ ਦੇ ਵਿੱਚ ਵੀ ਛਾਪੇ ਵੱਜਣੇ ਸ਼ੁਰੂ ਹੋ ਗਏ ਨੇ ਪੰਜਾਬ ਵਿਜੀਲੈਂਸ ਨੇ ਹਿਮਾਚਲ ਪ੍ਰਦੇਸ਼ ਦੀ ਰਾਜਧਾਨੀ ਸ਼ਿਮਲਾ ਦੇ ਖਲੀਨੀ ਦੇ ਵਿੱਚ ਵੀ ਛਾਪਾ ਮਾਰਿਆ ਕਈ ਹੋਰ ਥਾਵਾਂ ਤੋਂ ਵੀ ਛਾਪੇ ਮਾਰੀ ਦੀ ਜਾਣਕਾਰੀ ਮਿਲੀ ਹੈ ਮਠੰਣਾ ਦੇ ਵਿੱਚ ਦੋ ਪਲਾਟਾਂ ਦੀ ਖਰੀਦ ਵਿੱਚ ਕਥਿਤ ਬੇਨਿਜਮੀਆਂ ਦੇ ਮਾਮਲੇ ਦੇ ਵਿੱਚ ਅਦਾਲਤ ਨੇ ਮਨਪ੍ਰਿਤ ਬਾਦਲ ਖਿਲਾਫ ਗ੍ਰਿਫਤਾਰੀ ਵਾਰੰਟ ਜਾਰੀ ਕੀਤਾ ਹੈ ਅਦਾਲਤ ਦਾ ਇਹ ਹੁਕਮ ਪੰਜਾਬ ਵਿਜਲੈਂਸ ਬਿਊਰੋ ਦੇ ਵੱਲੋਂ ਮਨਪ੍ਰਿਤ ਬਾਦਲ ਖਿਲਾਫ ਲੁੱਕਆਊਟ ਸਰਕੂਲਰ ਜਾਰੀ ਕਰਨ ਤੋਂ ਬਾਅਦ ਆਇਆ ਮਰਹੂਮ ਪੰਜਾਬੀ ਗਾਇਕ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਕਤਲकांड ਦੇ ਮੁੱਖ ਮੁਲਜ਼ਮ ਸਚਿਨ ਬਿਸ਼ਨੋਈ ਉਰਫ ਸਚਿਨ ਥਾਪਨ ਨੂੰ ਅਜ਼ਰਬਾਈਜਾਨ ਦੇ ਬਾਕੂ ਤੋਂ ਭਾਰਤ ਹਵਾਲੇ ਕੀਤੇ ਜਾਣ ਦੇ 2 ਮਹੀਨੇ ਬਾਅਦ ਮਾਨਸਾ ਪੁਲਿਸ ਵੀਰਵਾਰ ਦੇਰ ਰਾਤ ਨੂੰ ਉਸ ਨੂੰ ਦਿੱਲੀ ਤੋਂ ਮਾਨਸਾ ਟਰਾਂਜ਼ਿਟ ਰਿਮਾਂਡ ਤੇ ਲੈ ਆਈ ਹੈ ਪਠੰਡਾ ਰੇਂਜ ਦੇ ਏਡੀਜੀਪੀ ਸੁਰਿੰਦਰਪਾਲ ਸਿੰਘ ਪਰਮਾਨ ਨੇ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਬੀਤੀ ਰਾਤ ਉਹਨੂੰ ਮਾਨਸਾ ਲਿਆਂਦਾ ਗਿਆ ਮੈਡੀਕਲ ਟਰਨ ਤੋਂ ਬਾਅਦ ਅਦਾਲਤ ਵਿੱਚ ਪੇਸ਼ ਕੀਤਾ ਗਿਆ ਤੇ ਇਸ ਨੂੰ ਹੁਣ 8 ਦਿਨਾਂ ਦੇ ਪੁਲਿਸ ਰਿਮਾਂਡ ਤੇ ਅਦਾਲਤ ਨੇ ਭੇਜ ਦਿੱਤਾ ਯਾਨਕਿ 6 ਅਕਤੂਬਰ ਤ ਮਿਲਿਆ ਸਚਿੰਤ ਥਾਪਨ ਗੈਂਗਸਟਰ ਲੋਰੈਂਸ ਬਿਸ਼ਨੋਈ ਦਾ ਪਤੀ ਜੀ ਦੱਸਿਆ ਜਾਂਦਾ ਹੈ ਪਿਛਲੇ ਸਾਲ ਜਾਲੀ ਪਾਸਪੋਰਟ ਬਣਾ ਕੇ ਇਹ ਦੇਸ਼ੋਂ ਭੱਜ ਗਿਆ ਸੀ ਅਜ਼ਰਬਾਈਜਾਨ ਦੇ ਵਿੱਚ ਕੁਝ ਮਹੀਨੇ ਪਹਿਲਾਂ ਇਸ ਨੂੰ ਅਧਿਕਾਰੀਆਂ ਨੇ ਹਿਰਾਸਤ ਵਿੱਚ ਲੈ ਲਿਆ ਸੀ ਤੇ ਹੁਣ ਜਦੋਂ ਭਾਰਤ ਲਿਆਂਦਾ ਤਾਂ ਉਦੋਂ ਤੋਂ ਹੀ ਦਿੱਲੀ ਪੁਲਿਸ ਦੇ ਵਿਸ਼ੇਸ਼ ਸੈੱਲ ਦੀ ਹਿਰਾਸਤ ਵਿੱਚ ਸੀ ਮਾਨਸਾ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਸਚਿਨ ਉਹਨਾਂ ਚਾਰ ਗੈਂਗਸਟਰਾਂ 'ਚੋਂ ਇੱਕ ਹੈ ਜਿਨ੍ਹਾਂ ਨੇ ਕਥਿਤ ਤੌਰ ਤੇ ਸ਼ੁਰੂ ਤੋਂ ਹੀ ਮੂਸੇਵਾਲੇ ਨੂੰ ਖਤਮ ਕਰਨ ਦੀ ਸਾਜ਼ਿਸ਼ ਰਚੀ ਸੀ ਮੂਸੇਵਾਲੇ ਦੇ ਖਿਲਾਫ ਵਾਰਦਾਤ ਤੋਂ ਠੀਕ ਪਹਿਲਾਂ ਸਚਿਨ ਨੇ ਜਾਲੀ ਪਾਸਪੋਰਟ ਤੇ ਦੁਬਈ ਦੇ ਰਾਹੀਂ ਭਾਰਤ ਛੱਡ ਦਿੱਤਾ ਸੀ ਐਸਆਈਟੀ ਦੇ ਮੈਂਬਰ ਨੇ ਦੱਸਿਆ ਕਿ ਉਹ ਦੱਖਣ ਪੂਰਬੀ ਦਿੱਲੀ ਦੇ ਸੰਗਮ ਵਿਹਾਰ ਦੇ ਰਹਿਣ ਵਾਲੇ ਤਿਲਕਰਾਜ ਟੁਟੇਜਾ ਦੇ ਨਾਮ ਤੇ ਜਾਰੀ ਕੀਤੇ ਜਾਲੀ ਪਾਸਪੋਰਟ ਤੇ ਦੁਬਈ ਭੱਜ ਗਿਆ ਸੀ ਬਾਅਦ ਵਿੱਚ ਉਸਨੇ ਅਜ਼ਰਬਾਈਜਾਨ ਦੇ ਰਾਸ਼ਤਾਨੀ ਵਾਕੂ ਲਈ ਉਡਾਣ ਭਰੀ ਜਿੱਥੇ ਉਸਨੂੰ ਹਿਰਾਸਤ ਵਿੱਚ ਲਿਆ ਗਿਆ ਭਾਰਤ ਨਾਲ ਲਗਾਤਾਰ ਵਿਗੜ ਰਹੇ ਰਿਸ਼ਤਿਆਂ ਦੇ ਵਿਚਾਲੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਦੋ ਵੱਡੇ ਬਿਆਨ ਸਾਹਮਣੇ ਆਏ ਨੇ ਪਹਿਲੇ ਬਿਆਨ ਦੇ ਵਿੱਚ ਤਾਂ ਮਹਿਸੂਸ ਹੁੰਦਾ ਹੈ ਕਿ ਉਹ ਭਾਰਤ ਨਾਲ ਵਿਗੜ ਰਹੇ ਰਿਸ਼ਤਿਆਂ ਤੋਂ ਖੁਸ਼ ਨਹੀਂ ਹਨ ਪਰ ਦੂਸਰੇ ਬਿਆਨ ਦੇ ਵਿੱਚ ਉਹ ਆਪਣੇ ਸਟੈਂਡ ਤੇ ਖੜੇ ਹੁੰਦੇ ਵੀ ਨਜ਼ਰ ਆ ਰਹੇ ਨੇ ਕੈਨੇਡਾ ਦੇ ਪ੍ਰਧਾਨ ਮੰਤਰੀ ਟਰੂਡੋ ਨੇ ਕਿਹਾ ਹੈ ਕਿ ਉਹਨਾਂ ਦਾ ਮੁਲਕ ਭਾਰਤ ਦੇ ਨਾਲ ਨਜ਼ਦੀਕੀ ਤੇ ਮਜ਼ਬੂਤ ਸਬੰਧ ਬਣਾਉਣਾ ਚਾਹੁੰਦਾ ਹੈ ਭਾਰਤ ਤੇਜ਼ੀ ਦੇ ਨਾਲ ਵੱਧ ਰਿਹਾ ਵੱਡਾ ਅਰਥਚਾਰਾ ਹੈ ਜਿਸ ਦਾ ਦੁਨੀਆ ਦੀ ਸਿਆਸਤ ਵਿੱਚ ਲਗਾਤਾਰ ਦਬਦਬਾ ਵਧ ਵੀ ਰਿਹਾ ਹੈ ਅਸੀਂ ਕਹਿੰਦੇ ਪਿਛਲੇ ਸਾਲ ਭਾਰ ਗੇ ਰਿਸ਼ਤਿਆਂ ਤੇ ਮਿਲ ਕੇ ਕੰਮ ਕਰਨ ਲਈ ਕਈ ਕਦਮ ਚੁੱਕੇ ਨੇ ਪਰ ਕਾਨੂੰਨ ਦਾ ਰਾਜ ਵੀ ਜ਼ਰੂਰੀ ਹੈ ਇਸੇ ਲਈ ਅਸੀਂ ਜ਼ੋਰ ਪਾ ਰਹੇ ਹਾਂ ਕਿ ਭਾਰਤ ਸਾਡੇ ਨਾਲ ਮਿਲ ਕੇ ਕੰਮ ਕਰੇ ਤਾਂ ਕਿ ਸੱਚ ਬਾਹਰ ਆ ਸਕੇ ਜਾਂਚ ਕਿਸੇ ਨਤੀਜੇ ਤੇ ਪਹੁੰਚ ਸਕੇ ਉਸ ਤੋਂ ਬਾਅਦ ਅਸੀਂ ਕਾਰੋਬਾਰ ਨੂੰ ਅੱਗੇ ਵਧਾਉਣ ਦੇ ਲਈ ਇਕੱਠੇ ਹੋ ਕੇ ਕੰਮ ਕਰਾਂਗੇ ਟਰੂਡੋ ਦੇ ਬਿਆਨ ਭਾਰਤ ਅਤੇ ਅਮਰੀਕਾ ਦੇ ਵਿਦੇਸ਼ ਮੰਤਰੀਆਂ ਐਸ ਜੈ ਸ਼ੰਕਰ ਅਤੇ ਐਂਟਨੀ ਬਲਿੰਕਨ ਦੀ ਬੈਠਕ ਤੋਂ ਪਹਿਲਾਂ ਆਇਆ ਪ੍ਰਧਾਨ ਮੰਤਰੀ ਟਰੂਡੋ ਨੇ ਕਿਹਾ ਸੀ ਕਿ ਮੈਨੂੰ ਅਮਰੀਕਾ ਦੇ ਵਿਦੇਸ਼ ਮੰਤਰੀ ਬਲਿੰਕਨ ਨੇ ਭਰੋਸਾ ਵੀ ਦਿਵਾਇਆ ਕਿ ਉਹ ਵਿਦੇਸ਼ ਮੰਤਰੀ ਜੈ ਸ਼ੰਕਰ ਦੇ ਨਾਲ ਜਾਂਚ ਵਿੱਚ ਸਹਿਯੋਗ ਦਾ ਮੁੱਦਾ ਜ਼ਰੂਰ ਚੱਕਣਗੇ ਕਿਉਂਕਿ ਅਮਰੀਕਾ ਹੁਣ ਤੱਕ ਸਾਡੇ ਹੱਕ ਦੇ ਵਿੱਚ ਬਿਆਨ ਦੇ ਚੁੱਕਿਆ ਉਧਰ ਖਬਰ ਏਜੰਸੀ ਰਾਇਟਰਜ਼ ਦੀ ਰਿਪੋਰਟ ਦੇ ਮੁਤਾਬਕ ਅਮਰੀਕੀ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਵੀਰਵਾਰ ਨੂੰ ਭਾਰਤ ਦੇ ਵਿਦੇਸ਼ ਮੰਤਰੀ ਜੈ ਸ਼ੰਕਰ ਦੇ ਕੋਲ ਇਹ ਮੁੱਦਾ ਚੁੱਕਿਆ ਹੈ ਰਾਇਟਰਜ਼ ਨੇ ਕਿਹਾ ਕਿ ਅਮਰੀਕਾ ਦੇ ਅਧਿਕਾਰੀ ਨੇ ਇਸ ਦੀ ਪੁਸ਼ਟੀ ਕੀਤੀ ਹੈ ਕਿ ਬਲਿੰਕਨ ਨੇ ਭਾਰਤ ਨੂੰ ਮਾਮਲੇ ਦੀ ਜਾਂਚ ਵਿੱਚ ਮਦਦ ਕਰਨ ਲਈ ਕਿਹਾ ਹੈ ਹਾਲਾਂਕਿ ਅਮਰੀਕਾ ਦੇ ਵਿਦੇਸ਼ ਮੰਤਰੀ ਨਾਲ ਮੀਟਿੰਗ ਤੋਂ ਬਾਅਦ ਭਾਰਤੀ ਵਿਦੇਸ਼ ਮੰਤਰੀ ਜੈ ਸ਼ੰਕਰ ਨੇ ਜਿਹੜਾ ਟਵੀਟ ਕੀਤਾ ਉਹਦੇ ਵਿੱਚ ਕੈਨੇਡਾ ਦਾ ਕੋਈ ਜ਼ਿਕਰ ਨਹੀਂ ਹੈ ਸਿਰਫ ਇਹ ਨਹੀਂ ਲਿਖਿਆ ਕਿ ਮੈਂ ਆਪਣੇ ਅਮਰੀਕੀ ਦੋਸਤ ਵਿਦੇਸ਼ ਮੰਤਰੀ ਬਲਿੰਕਨ ਨੂੰ ਮਿਲਿਆ ਹਾਂ ਅਸੀਂ ਇਹਦੇ ਵਿੱਚ ਇਸ ਮੀਟਿੰਗ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਅਮਰੀਕਾ ਦੇ ਜੂਨ ਦੌਰੇ ਦੀ ਚਰਚਾ ਕੀਤੀ ਇਸ ਤੋਂ ਇਲਾਵਾ ਦੁਨੀਆ ਭਰ ਦੇ ਵਿੱਚ ਹੋ ਰਹੀ ਹਲਚਲ ਤੇ ਵੀ ਗੱਲਬਾਤ ਹੋਈ ਹੈ ਕੋਮਾਂਤਰੀ ਵਿਕਾਸ ਤੇ ਵੀ ਚਰਚਾ ਹੋਈ ਜਲਦ ਹੋਣ ਵਾਲੀ 2+2 ਮੀਟਿੰਗ ਸੰਬੰਧੀ ਵੀ ਰੂਪਰੇਖਾ ਤਿਆਰ ਕੀਤੀ ਹੈ ਦੂਸਰੇ ਪਾਸੇ ਐਂਟਨੀ ਬਲਿੰਕਨ ਨੇ ਵੀ ਟਵੀਟ ਕੀਤਾ ਹੈ ਉਹਨਾਂ ਨੇ ਵੀ ਇਸ ਮੀਟਿੰਗ ਦੀ ਜਾਣਕਾਰੀ ਦਿੱਤੀ ਹੈ ਹਾਲਾਂਕਿ ਰਾਇਟਰਜ਼ ਦੇ ਦਾਅਵੇ ਦੇ ਮੁਤਾਬਕ ਕੈਨੇਡਾ ਬਾਰੇ ਭਾਰਤ ਨਾਲ ਕੋਈ ਗੱਲਬਾਤ ਹੋਈ ਹੈ ਇਸ ਬਾਰੇ ਐਂਟਨੀ ਬਲਿੰਕਨ ਨੇ ਵੀ ਜਨਤਕ ਤੌਰ ਤੇ ਕੁਝ ਨਹੀਂ ਕਿਹਾ ਪਤਾ ਲੱਗਿਆ ਦੋਵੇਂ ਦੇਸ਼ਾਂ ਦੇ ਲੀਡਰਾਂ ਨੇ ਰੱਖਿਆ ਪੁਲਾਰਟ ਤੇ ਸਵੱਛ ਊਰਜਾ ਦੇ ਖੇਤਰਾਂ ਵਿੱਚ ਭਾਰਤ ਤੇ ਅਮਰੀਕਾ ਵਿਚਾਲੇ ਸਹਿਯੋਗ ਜਾਰੀ ਰੱਖਣ ਤੇ ਸਹਿਮਤੀ ਪ੍ਰਗਟਾਈ ਜੈ ਸ਼ੰਕਰ ਪੰਜ ਦੇ ਨਾਂ ਵਾਸ਼ਿੰਗਟਨ ਦੌਰੇ ਤੇ ਹਨ ਭਾਰਤ ਵਿੱਚ ਹਾਲ ਹੀ ਵਿੱਚ ਹੋਏ ਜੀ20 ਸਮੇਲਨ ਤੋਂ ਬਾਅਦ ਦੋਵਾਂ ਦੇਸ਼ਾਂ ਦੇ ਵਿਚਾਲੇ ਇਹ ਪਹਿਲੀ ਉੱਚ ਪੱਧਰੀ ਗੱਲਬਾਤ ਹੈ ਉਦਰ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਦੇ ਸਰੀ ਸਥਿਤ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੇ ਵੀ ਇਸ ਗੱਲ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਕਿ ਅਮਰੀਕੀ ਅਖਬਾਰ ਵਾਸ਼ਿੰਗਟਨ ਪੋਸਟ ਨੇ ਨਿੱਜਰ ਮਾਮਲੇ ਨਾਲ ਸਬੰਧਿਤ ਸੁਰੱਖਿਆ ਕੈਮਰੇ ਦੀ ਫੁਟੇਜ ਕਿਵੇਂ ਹਾਸਲ ਕੀਤੀ ਨਿੱਜਰ ਨੂੰ ਜੂਨ ਵਿੱਚ ਇਸੇ ਗੁਰਦੁਆਰੇ ਦੇ ਬਾਹਰ ਖਤਮ ਕਰ ਦਿੱਤਾ ਗਿਆ ਸੀ ਗੁਰਦੁਆਰੇ ਦੇ ਬੁਲਾਰੇ ਗੁਰਕੀਰਤ ਸਿੰਘ ਨੇ ਕੈਨੇਡਾ ਦੀ ਨੈਸ਼ਨਲ ਨਿਊਜ਼ ਏਜੰਸੀ ਤੱਕ ਕੈਨੇਡੀਅਨ ਪ੍ਰੈਸ ਨੂੰ ਦੱਸਿਆ ਕਿ ਸਾਨੂੰ ਦੱਸਿਆ ਗਿਆ ਹੈ ਕਿ ਵੀਡੀਓ ਮੀਡੀਆ ਜਾਂ ਜਨਤਾ ਲਈ ਨਹੀਂ ਹੈ ਕਿਉਂਕਿ ਮਾਮਲੇ ਦੀ ਜਾਂਚ ਚੱਲ ਰਹੀ ਹੈ ਵੀਡੀਓ ਕਿਸੇ ਨੂੰ ਵੀ ਜਾਰੀ ਨਹੀਂ ਕੀਤੀ ਜਾਊਗੀ ਹਾਲਾਂਕਿ ਉਹਨਾਂ ਨੇ ਕਿਹਾ ਹੈ ਕਿ ਉਹ ਕਈ ਵਾਰੀ ਵੀਡੀਓ ਦੇਖ ਚੁੱਕੇ ਨੇ ਤੇ ਇਹ ਕੋਈ ਅਚਾਨਕ ਹੋਈ ਵਾਰਦਾਤ ਨਹੀਂ ਹੈ ਪਿਛਲੇ ਕੁਝ ਸਮੇਂ ਤੋਂ ਹਰਦੀਪ ਸਿੰਘ ਨਿੱਜਰ ਦੀਆਂ ਜਿਹੜੀਆਂ ਕਾਰਵਾਈਆਂ ਨੇ ਉਹਨਾਂ ਤੇ ਉਹ ਨਜ਼ਰ ਰੱਖ ਰਹੇ ਸਨ ਤੇ ਉਹਨਾਂ ਨੂੰ ਪਤਾ ਸੀ ਕਿ ਉਹ ਕਿੱਥੋਂ ਗੁਰਦੁਆਰੇ ਚ ਦਾਖਲ ਹੁੰਦਾ ਹੈ ਕਿਹੜੇ ਪਾਸਿਓਂ ਬਾਹਰ ਆਉਂਦਾ ਹੈ ਨਿਜਰ ਦੇ ਪੁੱਤ ਬਲਰਾਜ ਸਿੰਘ ਨੇ ਸਥਾਨਕ ਅਖਬਾਰ ਨੂੰ ਦੱਸਿਆ ਕਿ ਉਹਨਾਂ ਦੇ ਪਿਤਾ ਦੀ ਕੈਨੇਡੀਅਨ ਸੁਰੱਖਿਆ ਖੁਫੀਆ ਸੇਵਾ ਦੇ ਅਧਿਕਾਰੀਆਂ ਨਾਲ ਹਫਤੇ 'ਚ ਇੱਕ ਜਾਂ ਦੋ ਵਾਰੀ ਮੀਟਿੰਗ ਹੁੰਦੀ ਸੀ 18 ਜੂਨ ਨੂੰ 20 ਵਾਰ ਦਾ ਤੋਂ ਇੱਕ ਜਾਂ ਦੋ ਦਿਨ ਪਹਿਲਾਂ ਮੀਟਿੰਗ ਹੋਈ ਸੀ ਤੇ ਦੋ ਦਿਨ ਬਾਅਦ ਫਿਰ ਉਹਨਾਂ ਦੇ ਵਿਚਾਲੇ ਇੱਕ ਹੋਰ ਮੀਟਿੰਗ ਹੋਣੀ ਸੀ ਉਧਰ ਰਾਇਲ ਕੈਨੇਡੀਅਨ ਮਾਉਂਟਡ ਪੁਲਿਸ ਦਾ ਵੀ ਬਿਆਨ ਸਾਹਮਣੇ ਆਇਆ ਕਿ ਖਾਲਸਤਾਨੀ ਲੀਡਰ ਹਰਦੀਪ ਸਿੰਘ ਨਿਜਰ ਮਾਮਲੇ ਦੀ ਜਾਂਚ ਕੈਨੇਡਾ ਦੇ ਵਿੱਚ ਸਰਗਰਮੀ ਦੇ ਨਾਲ ਚੱਲ ਰਹੀ ਹੈ IHT ਦੀ ਬੁਲਾਰੇ ਸਰਜੰਟ ਟਿਮੋਥੀ ਪੀਰੋਟੀ ਨੇ ਦੱਸਿਆ ਕਿ ਅਸੀਂ ਹਰਦੀਪ ਸਿੰਘ ਨਿਜਰ ਦੇ ਮਾਮਲੇ ਨਾਲ ਸੰਬੰਧਿਤ ਰਿਪੋਰਟਾਂ ਤੋਂ ਜਾਣੂ ਹਾਂ ਕੇਸ ਸਰਗਰਮ ਜਾਂਚ ਅਧੀਨ ਹੈ ਕਹਿੰਦੇ ਇਕੱਠੇ ਕੀਤੇ ਵਿਸ਼ੇਸ਼ ਸਬੂਤਾਂ ਤੇ ਹਾਲੇ ਅਸੀਂ ਟਿੱਪਣੀ ਨਹੀਂ ਕਰ ਸਕਦੇ ਸੋ ਵਾਸ਼ਿੰਗਟਨ ਪੋਸਟ ਦੇ ਵਿੱਚ ਜੋ ਖੁਲਾਸਾ ਕੀਤਾ ਗਿਆ ਸੀ ਉਸ ਤੋਂ ਬਾਅਦ ਕੈਨੇਡਾ ਦੀ ਜਿਹੜੀ ਪੁਲਿਸ ਹੈ ਸਰੀ ਪੁਲਿਸ RCMP ਇਹਨਾਂ ਤੇ ਕਾਫੀ ਸਵਾਲ ਵੀ ਉੱਠੇ ਨੇ ਕੈਨੇਡਾ ਤੋਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਲੈ ਕੇ ਇੱਕ ਹੋਰ ਵੱਡੀ ਖਬਰ ਸਾਹਮਣੇ ਆਈ ਹੈ ਟਰੂਡੋ ਨੂੰ ਧਮਕਾਉਣ ਵਾਲੇ ਸ਼ਖਸ ਨੂੰ ਗੋਲੀ ਮਾਰ ਦਿੱਤੀ ਗਈ ਹੈ ਕਿਊਬੈਕ ਪੁਲਿਸ ਵਾਚਡੌਗ ਬਿਊਰੋ ਡੇਸ ਐਂਡ ਕੁਇਟਸ ਇੰਡੀਪੈਂਡੈਂਸ ਨੇ ਕਿਹਾ ਹੈ ਕਿ ਗੋਲੀਬਾਰੀ ਦੀ ਘਟਨਾ ਮੌਂਟਰੀਅਲ ਤੋਂ 180 ਕਿਲੋਮੀਟਰ ਦੂਰ ਸਕਾਟਸਟਾਊਨ ਵਿੱਚ ਤੜਕੇ ਵਾਪਰੀ ਜਿਹੜੇ ਵਿਅਕਤੀ ਨੇ ਧਮਕੀ ਦਿੱਤੀ ਸੀ ਉਸ ਨੂੰ ਗੋਲੀ ਤਾਂ ਜ਼ਰੂਰ ਲੱਗੀ ਹੈ ਪਰ ਉਸਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ ਮਾਂਟਰੀਅਲ ਪੁਲਿਸ ਨੇ ਇਸ ਘਟਨਾ ਦੀ تصਦੀਕ ਕਰਦੇ ਹੋਏ ਦੱਸਿਆ ਕਿ ਸ਼ੱਕੀ ਸ਼ਖਸ ਨੇ ਪ੍ਰਧਾਨ ਮੰਤਰੀ ਟਰੂਡੋ ਨੂੰ ਧਮਕੀਆਂ ਦਿੱਤੀਆਂ ਸੀ بی ای ਆਈ ਪੁਲਿਸ ਨੇ ਦੱਸਿਆ ਕਿ ਜਿਵੇਂ ਹੀ ਪੁਲਿਸ ਧਮਕੀਆਂ ਦੇਣ ਵਾਲੇ ਸ਼ਖਸ ਨੂੰ ਫੜਨ ਜਾ ਰਹੀ ਸੀ ਉਸ ਨੇ ਖਿੜਕੀ 'ਚੋਂ ਗੋਲੀ ਚਲਾਉਣ ਦੀ ਕੋਸ਼ਿਸ਼ ਕੀਤੀ ਜਵਾਬ ਦੇ ਵਿੱਚ ਪੁਲਿਸ ਨੇ ਵੀ ਫਾਇਰ ਕੀਤਾ ਪੁਲਿਸ ਨੇ ਕਿਹਾ ਕਿ ਜਿਹੇ ਲੋਕਾਂ ਖਿਲਾਫ ਪੁਲਿਸ ਕਰੜੀ ਕਾਰਵਾਈ ਕਰੇਗੀ ਜਿਹੜੇ ਵੀ ਕਾਨੂੰਨੀ ਹਾਲਾਤਾਂ ਨੂੰ ਹੱਥ ਵਿੱਚ ਲੈਣ ਦੀ ਕੋਸ਼ਿਸ਼ ਕਰਨਗੇ ਜਿਹੜੇ ਸ਼ਖਸ ਨੂੰ ਪੁਲਿਸ ਨੇ ਗੋਲੀ ਮਾਰੀ ਹੈ ਉਸ ਨੇ ਕਿਊਬੈਕ ਦੇ ਪ੍ਰੀਮੀਅਰ ਲੈਗੋਲਟ ਨੂੰ ਵੀ ਧਮਕੀ ਦਿੱਤੀ ਸੀ ਧਮਕੀ ਪਿੱਛੇ ਵਜ੍ਹਾ ਸੀ ਇਸ ਵਾਰ ਫਿਲਹਾਲ ਕੋਈ ਖੁਲਾਸਾ ਹਾਲੇ ਤੱਕ ਨਹੀਂ ਕੀਤਾ ਗਿਆ ਪੰਜਾਬ ਦੇ ਵਿੱਚ ਲੰਘੇ 2 ਮਹੀਨੇ ਪਹਿਲਾਂ ਆਏ ਹੜ੍ਹਾਂ ਦੇ ਵਿੱਚ ਕਿਸਾਨਾਂ ਦਾ ਵੱਡਾ ਨੁਕਸਾਨ ਹੋਇਆ ਸੀ ਆਮ ਲੋਕਾਂ ਦਾ ਵੀ ਨੁਕਸਾਨ ਹੋਇਆ ਸੀ ਤੇ ਕਿਸਾਨਾਂ ਦੇ ਨੁਕਸਾਨ ਦੇ ਮੁਆਵਜ਼ੇ ਦੀ ਮੰਗ ਲਈ ਲਗਾਤਾਰ ਜਿੱਥੇ ਕਿਸਾਨ ਧਰਨੇ ਦੇ ਰਹੇ ਨੇ ਉੱਥੇ ਸ਼੍ਰੋਮਣੀ ਕਾਲੇ ਦਲ ਵੀ ਕਈ-ਕਈ ਦਿਨਾਂ ਬਾਅਦ ਇਕਨਾਦਾ ਧਰਨਾ ਜ਼ਰੂਰ ਦਿੰਦਾ ਹੈ ਫਾਜ਼ਿਲਕਾ ਦੇ ਡੀਸੀ ਦਫ਼ਤਰ ਸਾਹਮਣੇ ਸ਼੍ਰੋਮਣੀ ਕਾਲੇ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਦੀ ਅਗਵਾਈ ਦੇ ਵਿੱਚ ਰੋਸ ਮੁਜ਼ਾਹਰਾ ਕੀਤਾ ਗਿਆ ਤੇ ਸ ਅਕਾਲੀ ਦਲ ਨੇ ਸਰਕਾਰ ਨੂੰ ਕਈ ਮੁੱਦਿਆਂ ਤੇ ਘੇਰਿਆ ਸੁਖਬੀਰ ਬਾਦਲ ਨੇ ਦੋਸ਼ ਲਾਇਆ ਕਿ ਹੜ੍ਹਾਂ ਨੂੰ ਰੋਕਿਆ ਜਾ ਸਕਦਾ ਸੀ ਕਿਉਂਕਿ ਅਕਾਲੀ ਦਲ ਦੀ ਸਰਕਾਰ ਵੇਲੇ ਹੜ੍ਹਾਂ ਦੀ ਸਥਿਤੀ ਪੈਦਾ ਹੋਣ ਤੋਂ ਪਹਿਲਾਂ ਹੀ ਕਰੋੜਾਂ ਰੁਪਏ ਖਰਚ ਕਰਕੇ ਨਹਿਰਾਂ ਤੇ ਟੋਏ ਪੁੱਟ ਦਿੱਤੇ ਗਏ ਸਨ ਉਹਨਾਂ ਨੂੰ ਸਾਫ਼ ਕਰ ਦਿੱਤਾ ਗਿਆ ਸੀ ਪਰ ਪੰਜਾਬ ਸਰਕਾਰ ਨੇ ਅਜਿਹਾ ਕੁਝ ਨਹੀਂ ਕੀਤਾ ਅਕਾਲੀ ਦਲ ਦੀ ਸਰਕਾਰ ਵੇਲੇ ਚਲੀਆਂ ਸਾਰੀਆਂ ਸਕੀਮਾਂ ਬੰਦ ਹੋ ਗਈਆਂ ਨੇ ਇਹ ਦਾਵਾ ਕੀਤਾ ਸੁਖਬੀਰ ਬਾਦਲ ਨੇ ਜਦੋਂ ਬਾਦਲ ਸਾਹਿਬ ਮੁੱਖ ਮੰਤਰੀ ਸੀ ਭਾਖੜਾ ਡੈਮ ਦਾ ਤੇ ਦੂਜੇ ਡੈਮ ਦਾ ਹਰ ਰੋਜ਼ ਸਾਡੇ ਕੋਲੇ ਆਉਂਦਾ ਸੀ ਅੱਜ ਇੰਨੇ ਫੁੱਟ ਤੇ ਪਾਣੀ ਹੈ ਅੱਜ ਇੰਨੇ ਫੁੱਟ ਤੇ ਪਾਣੀ ਹੈ ਅੱਛਾ ਜਦੋਂ ਪਾਣੀ ਵਧਣ ਲੱਗਦਾ ਸੀ ਅਸੀਂ ਹੌਲੀ-ਹੌਲੀ ਕੱਢੀ ਜਾਂਦੇ ਸੀ ਜਿਵੇਂ ਆਇਆ ਤੇ ਜਿਹੜਾ ਜੁਲਾਈ ਤੇ ਅਗਸਤ ਮਹੀਨੇ ਚ ਜਿੰਨਾ ਪਾਣੀ ਬਰਸਾਤਾ ਆਉਂਦਾ ਸੀ ਅਸੀਂ ਨਾਲ ਦੇ ਨਾਲ ਕੱਢ ਦਿੰਦੇ ਸੀ ਕਿ ਮੌਕਾ ਨਾ ਲੱਗੇ ਜਮ੍ਹਾਂ ਹੋਣ ਦੇ ਇਹਨਾਂ ਨੇ ਤਾਂ ਪਰਵਾਹੀ ਨਹੀਂ ਫਿਕਰੀ ਨਹੀਂ ਮੀਟਿੰਗ ਨਹੀਂ ਕੀਤੀ ਪਤਾ ਹੀ ਨਹੀਂ ਕੁਝ ਜਿਹੜੋਂ ਨੂੰ ਟੈਲੀਫੋਨ ਆਇਆ ਰਾਤ ਨੂੰ ਕਿ ਜੀ ਡੈਮ ਦਾ ਪੂਰਾ ਭਰਿਆ ਪਿਆ ਤੇ ਹੁਣ ਟੁੱਟਣ ਦੇ ਕਿਨਾਰੇ ਆ ਗਿਆ ਕਹਿੰਦਾ ਖੋਲ ਦਿਓ ਤੇ ਖੋਲ ਦਿੱਤਾ ਤੇ ਦੇਖੋ ਰਾਤ ਸਾਰਾ ਪੰਜਾਬ ਹੀ ਉੜਾਤਾ ਇਹਨਾਂ ਨੇ ਰੁੜ ਗਏ ਸਾਰੇ ਓਵੇਂ ਇੱਕ ਇਹਨਾਂ ਦਾ ਐਮਪੀ ਐ ਆ ਜਿਹੜਾ ਆਪਣੇ ਕੋਲੇ ਆਇਆ ਨਾ ਇਹਦਾ ਹੋਰ ਵੀ ਕੰਮ ਐ ਆ ਜਿਹੜਾ ਇਹਨਾਂ ਦਾ ਸੀਚੇ ਵਾਲਾ ਹੈ ਉਹਨੇ ਕੀ ਕੀਤਾ ਉਹਨੇ ਕਹਿੰਦਾ ਕਿ ਮੇਰੇ ਖੇਤ ਬਨ ਜਾਣ ਐਮਪੀ ਐ ਆ ਜਿਹੜਾ ਹਰੀਕੇ ਦੇ ਨਾਲ 32 ਗੇਟ ਆ 32 ਗੇਟ ਹਰੀਕੇ ਦੇ ਅੱਜ ਤੱਕ ਜਦੋਂ ਉਹਦਾ ਡੈਮ ਬਣਿਆ 32 ਗੇਟ ਕਿਤੇ ਨਹੀਂ ਖੋਲੇ ਗਏ ਕਿਤੇ ਦੋ ਖੋਲ ਦਿੰਦੇ ਸੀ ਕਿਤੇ ਤਿੰਨ ਖੋਲ ਦਿੰਦੇ ਸੀ ਹਸਾਬ ਨਾਲ ਇਹਨੇ ਇੱਕ ਇੱਕਦਮੀ ਸਾਰੇ ਖੋਲਤੇ ਉਧਰ ਪੰਜਾਬ ਕਾਂਗਰਸ ਨੇ ਨਸ਼ਿਆਂ ਖਿਲਾਫ ਮਠੰਡਾ 'ਚ ਪ੍ਰਦਰਸ਼ਨ ਕੀਤਾ ਇਹਦੇ ਵਿੱਚ ਪਾਰਟੀ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਪ੍ਰਤਾਪ ਸਿੰਘ ਬਾਜਵਾ ਸੁਖਜਿੰਦਰ ਸਿੰਘ ਰੰਧਾਵਾ ਸਾਬਕਾ ਸੀਐਮ ਚਰਨਜੀਤ ਸਿੰਘ ਚੰਨੀ ਸਾਬਕਾ ਕੈਬਨਿਟ ਮੰਤਰੀ ਭਰਤ ਪੂਸ਼ਣ ਭਰਤ ਪੂਸ਼ਣ ਆਸ਼ੂ ਵੀ ਪਹੁੰਚੇ ਹੋਏ ਸਨ ਪੰਜਾਬ ਕਾਂਗਰਸ ਨੇ ਆਮਾਨ ਸਰਕਾਰ ਤੋਂ ਸੂਬੇ 'ਚ ਵਧ ਰਹੇ ਨਸ਼ੇ ਖਿਲਾਫ ਕਾਰਵਾਈ ਕਰਨ ਦੀ ਮੰਗ ਕੀਤੀ ਅਤੇ ਕਾਫੀ ਹੋਰ ਮੁੱਦਿਆਂ ਤੇ ਵੀ ਘੇਰਿਆ ਖਡੂਰ ਸਾਹਿਬ ਤੋਂ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਦੇ ਰਿਸ਼ਤੇਦਾਰ ਨਿਸ਼ਾਨ ਸਿੰਘ ਤੇ ਹੋਏ ਪਰਚੇ ਨੂੰ ਲੈ ਕੇ ਅਕਾਲੀ ਦਲ ਨੇ ਮਾਨ ਸਰਕਾਰ 'ਤੇ ਸਵਾਲ ਖੜੇ ਕੀਤੇ ਨੇ ਅਕਾਲੀ ਦਲ ਦੇ ਜਨਰਲ ਸਕੱਤਰ ਵਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਤੇ ਸੀਐਮ ਅਰਵਿੰਦ ਕੇਜਰੀਵਾਲ ਲੱਗਦਾ ਹੈ ਮਾਈਨਿੰਗ ਮਾਫੀਆ ਨਾਲ ਮਿਲੇ ਹੋਏ ਨੇ ਕਹਿੰਦੇ ਐਮਐਲਏ ਮਨਜਿੰਦਰ ਸਿੰਘ ਲਾਲਪੁਰਾ ਦਾ ਰਿਸ਼ਤੇਦਾਰ ਨਿਸ਼ਾਨ ਸਿੰਘ ਗੈਰ ਕਾਨੂੰਨੀ ਮਾਈਨਿੰਗ ਕਰਦਾ ਹੈ ਇਸ ਦੇ ਗਵਾਹ ਨਿਸ਼ਾਨ ਸਿੰਘ ਦੇ ਪਿੰਡ ਵਾਲੇ ਵੀ ਨੇ ਕਹਿੰਦੇ ਮਨਜਿੰਦਰ ਲਾਲਪੁਰਾ ਖੁਦ ਆਪਣੇ ਰਿਸ਼ਤੇਦਾਰਾਂ ਦੇ ਨਾਲ ਮਿਲ ਕੇ ਗੈਰ ਕਾਨੂੰਨੀ ਮਾਈਨਿੰਗ ਕਰਦਾ ਹੈ ਰਾਤ ਨੂੰ 8 ਵਜੇ ਮਸ਼ੀਨਾਂ ਚਲਾਉਂਦੇ ਨੇ ਸਵੇਰੇ 4 ਵਜੇ ਤੱਕ ਰੇਤਾਂ ਦੀਆਂ ਟਰਾਲੀਆਂ ਟਿਪਰ ਭਰੇ ਜਾਂਦੇ ਨੇ ਜਦੋਂ ਰੇਤੇ ਨਾਲ ਭਰੀਆਂ ਟਰਾਲੀਆਂ ਲਗਾਉਣੀਆਂ ਹੁੰਦੀਆਂ ਨੇ ਤਾਂ ਐਮਐਲਏ ਦੀ ਗੱਡੀ ਮੂਰੇ ਮੂਰੇ ਚੱਲਦੀ ਹੈ ਉਹਦੇ ਪਿੱਛੇ ਸਿਕਿਉਰਟੀ ਵਾਲੀ ਕਾਰ ਤੇ ਇਹਨਾਂ ਦੀ ਆੜ ਵਿੱਚ ਰੇਤੇ ਵਾਲੀਆਂ ਗੱਡੀਆਂ ਟਪਾ ਦਿੱਤੀਆਂ ਜਾਂਦੀਆਂ ਨੇ ਤੁਸੀਂ ਵੇਖੋ ਕੱਲਾ ਇਹ ਨਹੀਂ ਕਿ ਇਲੀਗਲ ਮਾਈਨਿੰਗ ਕਰ ਰਿਹਾ ਰਾਤ ਦੇ 8 ਵਜੇ ਆਉਂਦੇ ਆ 7-8 ਵਜੇ ਹਨੇਰਾ ਹੋਣ ਤੋਂ ਬਾਅਦ 4 ਵਜੇ ਤੱਕ ਮਾਈਨਿੰਗ ਕਰਦੇ ਆ ਐਮਐਲਏ ਦੀ ਗੱਡੀ ਅੱਗੇ ਲੱਗਦੀ ਹੈ ਸਿਕਿਉਰਿਟੀ ਦੀ ਗੱਡੀ ਪਿੱਛੇ ਲੱਗਦੀ ਹੈ ਜਿੰਨਾ ਰੇਤਾ ਸਿਕਿਉਰਿਟੀ ਦੀਆਂ ਗੱਡੀਆਂ ਦੇ ਵਿੱਚ ਨਿਕਲ ਕੇ ਜਾਂਦਾ ਮੈਂ ਉਹਦੀ ਜਿਹੜੀ ਸਕਾਟ ਵਹੀਕਲ ਹੈ ਉਹ ਆਪ ਐਮਐਲਏ ਦੇ ਸਿਕਿਉਰਿਟੀ ਦੀ ਗੱਡੀ ਔਰ ਮੈਂ ਸੀਸੀਟੀਵੀ ਦਿਖਾ ਰਿਹਾ ਕਿ 24 ਦੀ ਰਾਤ ਦੇ ਆ ਟਰੱਕ ਲੰਘ ਰਿਹਾ ਔਰ ਕੇਵਲ ਇਹ ਨਹੀਂ ਪਿੰਡ ਵਾਲੇ ਕਹਿੰਦੇ ਅਸਲਾ ਲੈ ਹੁੰਦੇ ਉਥੇ ਇਲੀਗਲ ਵੈਪਨਸ ਦਾ ਪਰਮਾਰ ਲੱਗਦਾ ਉਥੇ ਸ਼ਰਾਬਾਂ ਚੱਲਦੀਆਂ ਨੇ ਮਤਲਬ ਜੋ ਪੁੱਠਾ ਕੰਮ ਕਹਿ ਲੋ ਮਨਜਿੰਦਰ ਸਿੰਘ ਲਾਲਪੁਰੇ ਤੇ ਨਿਸ਼ਾਨ ਸਿੰਘ ਦਾ ਦੂਜਾ ਨਾ ਸਮਝੋ ਮਜੀਠੀਆ ਨੇ ਕਿਹਾ ਕਿ ਗੈਰ ਕਾਨੂੰਨੀ ਖਣਨ ਦਾ ਸਾਰਾ ਪੈਸਾ ਹਿੱਸਿਆਂ ਚ ਵੰਡਿਆ ਜਾਂਦਾ ਹੈ ਮੰਤਰੀ ਲਈ ਮੰਤਰੀ ਤੋਂ ਲੈ ਕੇ ਮੁੱਖ ਮੰਤਰੀ ਤੱਕ ਤੇ ਕੇਜਰੀਵਾਲ ਨੂੰ ਵੀ ਹਿੱਸਾ ਜਾਂਦਾ ਹੈ ਇਸ ਦੇ ਨਾਲ ਹੀ ਆਪ ਦਾ ਦਿੱਲੀ ਵਿੱਚ ਦਫ਼ਤਰ ਵੀ ਪੰਜਾਬ છોੜ ਹੀ ਗੈਰ ਕਾਨੂੰਨੀ ਮਾਈਨਿੰਗ ਦੇ ਜ਼ਰੀਏ ਹੀ ਚੱਲ ਰਿਹਾ ਹੈ ਨਾਲ ਕੀ ਇਹਨਾਂ ਨੂੰ ਪੁੱਠੇ ਕੰਮ ਉਹਨਾਂ ਦੇ ਇੱਕ ਇੱਕ ਟਰੱਕ ਚੋਂ ਡੇਲੀ ਇਹ ਨਿਸ਼ਾਨ ਸਿੰਘ ਆਪਣਾ ਐਮਐਲਏ ਔਰ ਮੈਨੂੰ ਲੱਗਦਾ ਹੈ ਪੈਸੇ ਉੱਤੇ ਜਿਹੜੇ ਜਾ ਰਹੇ ਆ ਮੰਤਰੀ ਨੂੰ ਉੱਥੋਂ ਮੁੱਖ ਮੰਤਰੀ ਨੂੰ ਉਸ ਤੋਂ ਬਾਅਦ ਕੇਜਰੀਆ ਨੂੰ ਉਸ ਤੋਂ ਬਾਅਦ ਆਪ ਦਾ ਦਫਤਰ ਚਲਾਉਣ ਨੂੰ ਦਿੱਲੀ ਤੱਕ ਇਹ ਪੈਸੇ ਜਾ ਰਹੇ ਆ ਇਹੀ ਕਾਰਨ ਬਣਿਆ ਕਿ ਫੜਨ ਵਾਲੇ ਤਾਂ ਆਊਟ ਤੇ ਜਿਨ੍ਹਾਂ ਨੇ ਪੁੱਠੇ ਕੰਮ ਕਰਨ ਵਾਲੇ ਇਨ ਆ ਐਫਆਈਆਰ ਤੇ ਸੁਲੱਖਣ ਸਿੰਘ ਨੇ ਔਰ ਮੈਂ ਹੋਰ ਦੱਸਦਾ ਮੈਂ ਜਿਹੜੀ ਗੱਲ ਕਰ ਰਿਹਾ ਸੀ ਕਿ ਮੀਥੇਰ ਸਾਹਿਬ ਦਾ ਵੀ ਇਹਨਾਂ ਨੂੰ ਕਿੰਨਾ ਪਿਆਰ ਤੇ ਸਾਥ ਮਿਲਦਾ ਉਹ ਮੈਂ ਤੁਹਾਨੂੰ ਇੱਕ ਹੋਰ ਚਿੱਠੀ ਕੱਢ ਕੇ ਲਿਆ ਮੈਂ ਤੁਹਾਨੂੰ ਦੇ ਰਿਹਾ ਹੁਣੇ 7 8 ਨੂੰ ਮਤਲਬ 7 ਅਗਸਤ ਨੂੰ 2023 ਆਹੀ ਪੋਕਲੇਨਾ ਮਸ਼ੀਨਾ ਆਹੀ ਟਰੈਕਟਰ ਟਰਾਲੀ ਇਹੀ ਸਭ ਕੁਝ ਇਲੀਗਲ ਮਾਈਨਿੰਗ ਕਰਦੇ ਆ ਕਿਹਨੇ ਫੜਿਆ ਮਾਈਨਿੰਗ ਇਨਸਪੈਕਟਰ ਨੇ ਮਗਰ ਫੇਰੇ ਤੇ ਪੈ ਗਿਆ ਪ੍ਰੈਸ਼ਰ ਔਰ 8 ਦਿਨ ਬਾਅਦ 10 ਦਿਨ ਬਾਅਦ ਇਹ ਚਿੱਠੀ ਕੱਢਦਾ ਕਿ ਭਾਈ ਆ ਜਿੰਨੀ ਇਹ 7 8 2023 ਨੂੰ ਪਰਚਾ ਦਰਜ ਹੁੰਦਾ ਡੀਡੀਆਰ ਕੱਟੀ ਜਾਂਦੀ ਹੈ ਔਰ ਫੇਰ ਇਹ 18 8 ਨੂੰ ਕਾਰਜਕਾਰੀ ਇੰਜੀਨੀਅਰ ਕਮ ਜ਼ਿਲ੍ਹਾ ਮਾਈਨਿੰਗ ਅਫਸਰ ਤਰਨਤਾਰਨ ਚਿੱਠੀ ਲਿਖਦਾ ਕਿ ਨਹੀਂ ਭਾਈ ਇਹਨਾਂ ਦੇ ਕੋਈ ਕਾਰਵਾਈ ਨਾ ਕਰਿਓ ਇਹਨਾਂ ਨੂੰ ਛੱਡ ਦਿਓ ਤਾਂ ਬਹੁਤ ਚੰਗੇ ਬੰਦੇ ਨੇ ਤਾਂ ਸਨਮਾਨਤ ਕਰਨ ਵਾਲੇ ਬੰਦੇ ਸਾਰਿਆਂ ਪੋਕ ਲੈਣਾ ਸਾਰੇ ਟਰੈਕਟਰ ਟਰਾਲੀ ਆ ਚਿੱਠੀ ਵੀ ਮੈਂ ਤੁਹਾਨੂੰ ਦੇ ਰਿਹਾ ਕਿ ਇਹ ਮਾਈਨਿੰਗ ਕਰਾਉਂਦਾ ਹੀ ਆਪ ਸੀ ਔਰ ਦਬਕੇ ਨਾਲ ਕਰਾਉਂਦਾ ਸੀ ਅਫਸਰ ਨੂੰ ਡਰਾ ਕੇ ਕਰਾਉਂਦਾ ਸੀ ਔਰ ਯੂਸ ਟੂ ਗੈਟ ਅਵੇ ਐਸਐਸਪੀ ਗੁਰਮੀਤ ਸਿੰਘ ਚੋਹਾਨ ਦਾ ਜ਼ਿਕਰ ਕਰਦੇ ਹੋਏ ਵਿਕਰਮ ਮਜੀਠੀਆ ਨੇ ਕਿਹਾ ਕਿ ਜਿਹੜੇ ਅਫਸਰ ਨੇ ਨਜਾਇਜ਼ ਮਾਈਨਿੰਗ ਰੋਕਣ ਦੀ ਕੋਸ਼ਿਸ਼ ਕੀਤੀ ਪੰਜਾਬ ਦੇ ਖਜ਼ਾਨੇ ਦੀ ਚੋਰੀ ਹੋਣ ਤੋਂ ਬਚਾਇਆ ਉਸ ਦੀ ਬਦਲੀ ਕਰ ਦਿੱਤੀ ਗਈ ਇਹ ਤਾਂ ਰੋਜ਼ ਹੀ ਇਸੇ ਤਰ੍ਹਾਂ ਹੋਣਾ ਤੂੰ ਕਿਸੇ ਅੱਧੇ ਤਾਂ ਵੈਸੀ ਐਸਐਸਪੀ ਸੁਖ ਨਾਲ ਏਡੇ ਕਮਜ਼ੋਰ ਆ ਕੁਰਸੀ ਦੀ ਡੁੱਲ ਜਾਂਦੇ ਜਿਹੜਾ ਕੁਰਸੀ ਕਰਕੇ ਨਾਟ ਡਿੱਗਿਓ ਬੜੇ ਟਾਵੇਂ ਟਾਵੇਂ ਨੇ ਤੇ ਜਿਹੜਾ ਇਹੋ ਜਿਹਾ ਗੱਲ ਕਰ ਰਿਹਾ ਸੀਗਾ ਥ੍ਰੈਟਨਿੰਗ ਦੀ ਐਸਐਸਪੀ ਉਹਦੇ ਤੇ ਕਾਰਵਾਈ ਨਹੀਂ ਹੋਈ ਜੋ ਸਹੀ ਕੰਮ ਕਰ ਰਿਹਾ ਸੀਗਾ ਹਾਈ ਕੋਰਟ ਦੇ ਆਰਡਰ ਦੀ ਪਾਲਣਾ ਕਰ ਰਿਹਾ ਸੀਗਾ ਖਜ਼ਾਨੇ ਦੀ ਬਚਤ ਕਰ ਰਿਹਾ ਸੀ ਖਜ਼ਾਨੇ ਵਾਸਤੇ ਖੜਾ ਸੀ ਪੰਜਾਬ ਦੇ ਜੀਤੋ ਨੂੰ ਤਨਖਾਹ ਹੁੰਦੀ ਹੈ ਉੱਤੇ ਕਾਰਵਾਈ ਹੋਊਗੀ ਹਲਕਾ ਖਡੂਰ ਸਾਹਿਬ ਦੇ ਵਿੱਚ ਰੇਤ ਦੇ ਨਜਾਇਜ਼ ਖਾਨਣ ਮਾਮਲੇ ਦੇ ਵਿੱਚ ਗੁਇੰਦਵਾਲ ਪੁਲਿਸ ਨੇ ਹਲਕਾ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਦੇ ਜੀਜੇ ਨਿਸ਼ਾਨ ਸਿੰਘ ਸਮੇਤ 10 ਜਣਾਂ ਨੂੰ ਗ੍ਰਿਫਤਾਰ ਕੀਤਾ ਸੀ ਜਿਸ ਦੇ ਖਿਲਾਫ ਲਾਲਪੁਰਾ ਨੇ ਸੋਸ਼ਲ ਮੀਡੀਆ ਤੇ ਪੋਸਟ ਪਾਈ ਸੀ ਉਸ ਤੋਂ ਬਾਅਦ ਵੱਡੀ ਕਾਰਵਾਈ ਹੋਈ ਤਰਨਤਾਰਨ ਦੇ ਐਸਐਸਪੀ ਗੁਰਮੀਤ ਸਿੰਘ ਚੋਹਾਨ ਨੂੰ ਹਟਾ ਕੇ ਅਸ਼ਵਨੀ ਕਪੂਰ ਨੂੰ ਤਰਨਤਾਰਨ ਦਾ ਨਵਾਂ ਐਸਐਸਪੀ ਲਾ ਦਿੱਤਾ ਤੇ ਗੁਰਮੀਤ ਚੋਹਾਨ ਨੂੰ ਡੀਜੀਪੀ ਦਫ਼ਤਰ ਰਿਪੋਰਟ ਕਰਨ ਨੂੰ ਕਹਿ ਦਿੱਤਾ ਹੈ ਤੇ ਜਦੋਂ ਗੁਰਮੀਤ ਚੋਹਾਨ ਤਰਨਤਾਰਨ ਤੋਂ ਵਿਦਾ ਹੋ ਕੇ ਆਏ ਤਾਂ ਪੁਲਿਸ ਵਾਲਿਆਂ ਨੇ ਤਰਨਤਾਰਨ ਜ਼ਿਲ੍ਹੇ ਦੀ ਪੁਲਿਸ ਨੇ ਗੁਰਮੀਤ ਚੋਹਾਨ ਤੇ ਫੁੱਲਾਂ ਦੀ ਵਰਖਾ ਕੀਤੀ ਕਈਆਂ ਦੀ ਅੱਖਾਂ ਦੇ ਵਿੱਚ ਕਹਿੰਦੇ ਹੰਝੂ ਵੀ ਦਿਸੇ ਗੁਜਰਾਤ ਪੁਲਿਸ ਨੇ ਨਰਿੰਦਰ ਮੋਦੀ ਸਟੇਡੀਅਮ ਦੇ ਵਿੱਚ 5 ਅਕਤੂਬਰ ਤੋਂ ਹੋ ਰਹੇ ক্রিকেট ਵਿਸ਼ਵ ਕੱਪ ਨੂੰ ਵਿਸ਼ਵ ਦਹਿਸ਼ਤ ਕੱਪ ਵਿੱਚ ਬਦਲਣ ਦੀ ਧਮਕੀ ਦੇਣ ਵਾਲੇ ਪਾਬੰਦੀਸ਼ੁਦਾ ਜੱਥੇਬੰਦੀ 6 ਫਾਰ ਜਸਟਿਸ ਦੇ ਮੁਖੀ ਗੁਰਪਤਵੰਤ ਸਿੰਘ ਪੰਨੂ ਦੇ ਖਿਲਾਫ ਐਫਆਈਆਰ ਦਰਜ ਕੀਤੀ ਗਈ ਹੈ ਐਫਆਈਆਰ ਵਿੱਚ ਦੱਸਿਆ ਗਿਆ ਹੈ ਕਿ ਪੰਨੂ ਨੇ ਧਮਕੀ ਦਿੱਤੀ ਹੈ ਕਿ 6 ਫਾਰ ਜਸਟਿਸ ਖਾਲਿਸਤਾਨੀ ਝੰਡਿਆਂ ਦੇ ਨਾਲ ਅਹਮਦਾਬਾਦ ਵਿੱਚ ਧਾਵਾ ਬੋਲੇਗਾ ਚੀਨ ਦੇ ਹਾਂਗਜ਼ ਵਿੱਚ ਚੱਲ ਰਹੀਆਂ ਏਸ਼ੀਆਈ ਖੇਡਾਂ ਦੀ ਗੱਲ ਕਰ ਲਈਏ ਤਾਂ 10 ਮੀਟਰ 에ਅਰ ਪਿਸਟਲ ਦੇ ਵਿੱਚ ਪਲਕ ਨੂੰ ਸੋਨੇ ਦਾ ਤੇ ਈਸ਼ਾ ਨੂੰ ਚਾਂਦੀ ਦਾ ਤਗ ਕੀਤ ਮਾਇਨੇਨੀ ਨੇ ਟੈਨਿਸ ਪੁਰਸ਼ ਡਬਲਸ ਮੁਕਾਬਲੇ ਦੇ ਵਿੱਚ ਚਾਂਦੀ ਜਿੱਤੀ ਹੈ। ਪਲਕ ਗੂਲੀਆਂ ਤੇ ਈਸ਼ਾ ਸਿੰਘ ਨੇ 10 ਮੀਟਰ 에ਅਰ ਪਿਸਟਲ ਮੁਕਾਬਲੇ ਦੇ ਵਿੱਚ ਇਤਿਹਾਸਿਕ ਪ੍ਰਦਰਸ਼ਨ ਕਰਦਿਆਂ ਕਰਮਵਾਰ ਸੋਨਾ ਤੇ ਚਾਂਦੀ ਦੋਵੇਂ ਜਿਹੜੇ ਪਹਿਲੇ ਦੋ ਸਥਾਨ ਨੇ ਉਹ ਭਾਰਤ ਦੀ ਝੋਲੀ ਵਿੱਚ ਪਾ ਦਿੱਤੇ। ਬੁਲੇਟਿਨ ਦੇ ਵਿੱਚ ਕੁਝ ਖਾਸ ਤੇ ਵੱਡੀਆਂ ਖਬਰਾਂ ਪੂਰੇ ਭਾਰਤ ਅਤੇ ਪੂਰੀ ਦੁਨੀਆ ਤੋਂ ਸਭ ਤੋਂ ਪਹਿਲੀ ਖਬਰ ਤਾਮਿਲਨਾਡੂ ਤੋਂ ਹੈ ਜਿੱਥੇ ਪਾਣੀ ਦੇਣ ਦੇ ਵਿਰੋਧ ਵਿੱਚ ਕੰਨੜ ਕੁਟਾ ਦੇ ਵੱਲੋਂ ਦਿੱਤੇ ਕਰਨਾਟਕ ਬੰਦ ਨੂੰ ਬੰਗਲੌਰ ਤੇ ਸੂਬੇ ਦੇ ਦੱਖਣੀ ਇਲਾਕਿਆਂ ਦੇ ਲੋਕਾਂ ਦਾ ਪੂਰਾ ਸਮਰਥਨ ਮਿਲਿਆ ਬੰਦ ਕਰਕੇ ਜਨਜੀਵਨ ਪ੍ਰਭਾਵਿਤ ਹੋਇਆ ਅਧਿਕਾਰੀਆਂ ਨੇ ਬੰਗਲੌਰ ਸ਼ਹਿਰ ਮੰਡਿਆ ਮੈਸੂਰ ਚਾਮਰਾਜਨਗਰ ਰਾਮਨਗਰ ਤੇ ਹਸਨ ਜ਼ਿਲ੍ਹੇ ਦੇ ਵਿੱਚ ਫੌਜਦਾਰੀ ਜ਼ਾਬਤਾ ਦੀ ਧਾਰਾ 143 ਦੇ ਤਹਿਤ ਮਨਾਹੀ ਦੇ ਹੁਕਮ ਲਾਗੂ ਕੀਤੇ ਸਨ ਸਕੂਲਾਂ ਤੇ ਕਾਲਜਾਂ ਵਿੱਚ ਵੀ ਛੁੱਟੀ ਦਾ ਐਲਾਨ ਕੀਤਾ ਗਿਆ ਕੰਨੜ ਉਹ ਕੁੱਟਾ ਕੰਨੜ ਅਤੇ ਕਿਸਾਨ ਜਥੇਬੰਦੀਆਂ ਦੀ ਮੂਲ ਸੰਸਥਾ ਹੈ ਜਿਹੜੀ ਕਿ ਕਿਸਾਨਾਂ ਦੇ ਹੱਕਾਂ ਲਈ ਲੜਦੀ ਹੈ ਦੇਸ਼ ਦੇ ਕੋਚਿੰਗ ਹੱਬ ਰਾਜਸਥਾਨ ਦੇ ਕੋਟਾ ਵਿੱਚ ਵਿਦਿਆਰਥੀਆਂ ਵੱਲੋਂ ਜਿਹੜੇ ਆਪਣੇ ਆਪ ਨੂੰ ਖਤਮ ਕਰਨ ਦੇ ਵਾਅਦੇ ਮਾਮਲਿਆਂ ਦੇ ਬੰਦੇ ਨਜ਼ਰ ਰਾਜਸਥਾਨ ਸਰਕਾਰ ਨੇ ਉਹਨਾਂ ਦੀ ਭਲਾਈ ਲਈ ਦਿਸ਼ਾ ਨਿਰਦੇਸ਼ ਜਾਰੀ ਕੀਤੇ ਨੇ ਜਿਸ ਤਹਿਤ ਵਿਦਿਆਰਥੀਆਂ ਨੂੰ 9ਵੀਂ ਜਮਾਤ ਤੋਂ ਪਹਿਲਾਂ ਕੋਚਿੰਗ ਸੰਸਥਾਵਾਂ ਦੇ ਵਿੱਚ ਦਾਖਲਾ ਨਹੀਂ ਦਿੱਤਾ ਜਾਵੇਗਾ ਵਿਦਿਆਰਥੀਆਂ ਦੇ ਵਿੱਚ ਮਾਨਸਿਕ ਦਬਾਅ ਘਟਾਉਣ ਦੀ ਜ਼ਿੰਮੇਵਾਰੀ ਕੋਚਿੰਗ ਸੰਸਥਾਵਾਂ ਦੀ ਹੋਵੇਗੀ ਰਾਜਸਥਾਨ ਸਰਕਾਰ ਨੇ ਕੋਟਾ ਸਮੇਤ ਸੂਬੇ ਦੇ ਕਈ ਸ਼ਹਿਰਾਂ ਦੇ ਵਿੱਚ ਚੱਲ ਰਹੇ ਕੋਚਿੰਗ ਸੈਂਟਰਾਂ ਨੂੰ ਨਿਯਮਤ ਕਰਨ ਦੇ ਲਈ ਇਹ ਦਿਸ਼ਾ ਨਿਰਦੇਸ਼ ਜਾਰੀ ਕੀਤੇ ਨੇ ਜਿਸ ਵਿੱਚ ਵਿਦਿਆਰਥੀਆਂ ਨੂੰ ਡੇਢ ਦਿਨ ਦੀ ਹਫਤਾਵਾਰੀ ਛੁੱਟੀ ਦੇਣਾ ਬੱਚਿਆਂ ਤੇ ਅਧਿਆਪਕਾਂ ਦਾ ਸਹੀ ਅਨੁਪਾਤ ਬਰਕਰਾਰ ਰੱਖਣਾ ਸ਼ਾਮਿਲ ਹੈ ਬਸਪਾ ਦੇ ਸਾਂਸਦ ਦਾਨਿਸ਼ ਅਲੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖ ਕੇ ਬੀਜੇਪੀ ਸਾਂਸਦ ਰਮੇਸ਼ ਵਿਧੂੜੀ ਵੱਲੋਂ ਉਹਨਾਂ ਦੇ ਖਿਲਾਫ ਕੀਤੀ ਗਈ અપਮਾਨਜਨਕ ਟਿੱਪਣੀ ਦੇ ਮਾਮਲੇ ਵਿੱਚ ਜਵਾਬਦੇਹੀ ਅਤੇ ਕਾਰਵਾਈ ਸੁਰੰਸ਼ੀਚਿਤ ਕਰਨ ਦੀ ਅਪੀਲ ਕੀਤੀ ਹੈ ਪੀਐਮ ਨੂੰ ਲਿਖੀ ਚਿੱਠੀ ਦੇ ਵਿੱਚ ਦਾਨਿਸ਼ ਅਲੀ ਨੇ ਉਹਨਾਂ ਧਮਕੀਆਂ ਦਾ ਹਵਾਲਾ ਦਿੰਦੇ ਹੋਏ ਆਪਣੇ ਲਈ ਸੁਰੱਖਿਆ ਦੀ ਮੰਗ ਵੀ ਕੀਤੀ ਹੈ ਵਾਰਾਨਸੀ ਦੀ ਅਦਾਲਤ ਨੇ ਗਿਆਨਵਾਪੀ ਕੰਪਲੈਕਸ ਦੇ ਵਿੱਚ ਭਾਰਤੀ ਪੁਰਾਤੱਤਵ ਸਰਵੇਖਣ ਦੇ ਚੱਲ ਰਹੇ ਵਿਗਿਆਨਕ ਸਰਵੇ ਨੂੰ ਰੋਕਣ ਦੀ ਅਪੀਲ ਕਰਨ ਵਾਲੀ ਮੁਸਲਿਮ ਤਰਫ਼ ਦੀ ਪਟੀਸ਼ਨ ਨੂੰ ਰੱਦ ਕਰ ਦਿੱਤਾ। ਜ਼ਿਲ੍ਹਾ ਸਰਕਾਰੀ ਵਕੀਲ ਰਾਜੇਸ਼ ਮਿਸ਼ਰਾ ਨੇ ਦੱਸਿਆ ਕਿ ਵਾਰਾਨਸੀ ਦੇ ਜ਼ਿਲ੍ਹਾ ਜੱਜ ਏਕੇ ਵਿਸ਼ਵੇਸ਼ ਨੇ ਅੰਜਮਨ ਇੰਤਜ਼ਾਮੀਆਂ ਮਸਜਿਦ ਕਮੇਟੀ ਵੱਲੋਂ ਦਰਪਟੀਸ਼ਨ ਤੇ ਕਿਹਾ ਕਿ ਸਰਵੇ ਅਲਾਹਾਬਾਦ ਹਾਈ ਕੋਰਟ ਅਤੇ ਸੁਪਰੀਮ ਕੋਰਟ ਦੇ ਨਿਰਦੇਸ਼ਾਂ ਤੇ ਕੀਤਾ ਜਾ ਰਿਹਾ ਹੈ ਇਸ ਲਈ ਅਦਾਲਤ ਨੂੰ ਮਾਮਲੇ ਦੀ ਸੁਣਵਾਈ ਦਾ ਕੋਈ ਅਧਿਕਾਰ ਨਹੀਂ ਹੈ। ਮੁੱਖ ਮੰਤਰੀ ਐਨ ਵੀ ਰੇਨ ਸਿੰਘ ਦੇ ਖਾਲੀਪੇ ਜੱਦੀ ਘਰ ਤੇ ਹਮਲੇ ਦੀ ਕੋਸ਼ਿਸ਼ ਸਮੇਤ ਹਿੰਸਕ ਚੜਪਾ ਤੋਂ ਇੱਕ ਦਿਨ ਬਾਅਦ ਅੱਜ ਤੜਕੇ ਮਨੀਪੁਰ ਦੀ ਇਮਫਾਲ ਕਾਟੀ ਵਿੱਚ ਸਥਿਤੀ ਸ਼ਾਂਤ ਪਰ ਤਣਾਅਪੂਰਨ ਰਹੀ ਅਧਿਕਾਰੀਆਂ ਨੇ ਇਮਫਾਲ ਪੂਰਬੀ ਅਤੇ ਇਮਫਾਲ ਪੱਛਮੀ ਜ਼ਿਲ੍ਹਿਆਂ ਵਿੱਚ ਸਵੇਰੇ 5 ਵਜੇ ਤੋਂ ਰਾਤ 11 ਵਜੇ ਤੱਕ ਕਰਫਿਊ ਦੇ ਵਿੱਚ ਢਿੱਲ ਦਿੱਤੀ ਤਾਂ ਜੋ ਲੋਕਾਂ ਨੂੰ ਜ਼ਰੂਰੀ ਵਸਤੂਆਂ ਅਤੇ ਦਵਾਈਆਂ ਖਰੀਦਣ ਦੇ ਲਈ ਸਮਾਂ ਮਿਲ ਸਕੇ ਅਧਿਕਾਰਤ ਆਦੇਸ਼ ਵਿੱਚ ਕਿਹਾ ਗਿਆ ਕਿ ਢਿੱਲ ਕਿਸੇ ਵੀ ਗੈਰ ਕਾਨੂੰਨੀ ਇਕੱਠ ਜਾਂ ਵੱਡੇ ਪੱਧਰ ਤੇ ਲੋਕਾਂ ਦੇ ਅੰਦੋਲਨ ਜਾਂ ਵਿਰੋਧ ਤੇ ਲਾਗੂ ਨਹੀਂ ਹੋਵੇਗੀ। ਰਾਜਧਾਨੀ ਦਿੱਲੀ ਦੇ ਭੋਗਲ ਇਲਾਕੇ ਵਿੱਚ ਗਹਿਣਿਆਂ ਦੀ ਦੁਕਾਨ ਤੋਂ 20 ਕਰੋੜ ਰੁਪਏ ਤੋਂ ਵੱਧ ਦੀ ਲੁੱਟ ਦੇ ਮਾਮਲੇ ਵਿੱਚ ਛੱਤੀਸਗੜ੍ਹ ਦੇ ਬਿਲਾਸਪੁਰ ਤੋਂ ਦੋ ਜਣਿਆਂ ਨੂੰ ਹਿਰਾਸਤ ਵਿੱਚ ਲਿਆ ਗਿਆ। ਪੁਲਿਸ ਅਧਿਕਾਰੀ ਅਧਿਕਾਰੀਆਂ ਦੇ ਮੁਤਾਬਕ ਇਸ ਘਟਨਾ ਦੇ ਵਿੱਚ ਘੱਟੋ-ਘੱਟ ਤਿੰਨ ਅਣਪਛਾਤੇ ਸ਼ਾਮਿਲ ਸਨ। ਇਹ ਘਟਨਾ ਦਿੱਲੀ ਵਿੱਚ ਲੁੱਟਖੋਦੀਆਂ ਸਭ ਤੋਂ ਵੱਡੀਆਂ ਘਟਨਾਵਾਂ ਵਿੱਚੋਂ ਇੱਕ ਹੈ। ਮਲਜ਼ਮ ਦੁਕਾਨ ਦੇ ਵਿੱਚ ਦਾਖਲ ਹੋਏ ਸਟਰੋਂਗ ਰੂਮ ਦੇ ਵਿੱਚੋਂ 20 ਕਰੋੜ ਰੁਪਏ ਤੋਂ ਵੱਧ ਦੇ ਕਿ ਲੱਗੇ ਪੁਲਿਸ ਮੁਤਾਬਕ ਦੱਖਣੀ ਦਿੱਲੀ ਦੇ ਭੋਗਲ ਵਿੱਚ ਉਮਰਾਓ ਸਿੰਘ ਜੁਐਲਰਸ ਨਾਂ ਦੀ ਦੁਕਾਨ ਵਿੱਚ ਕਈ ਸੀਸੀਟੀਵੀ ਕੈਮਰੇ ਲੱਗੇ ਹੋਏ ਸੀ ਪਰ ਐਤਵਾਰ ਅੱਧੀ ਰਾਤ ਦੇ ਕਰੀਬ ਉਹਨਾਂ ਨੂੰ ਖਰਾਬ ਕਰ ਦਿੱਤਾ ਗਿਆ ਲਖਨਊ ਦੇ ਸੈਕਟਰ 11 ਵਿੱਚ ਇੱਕ ਵੱਡਾ ਹਾਦਸਾ ਵਾਪਰਿਆ ਇੱਥੇ ਕੋਸਾਰੀਏ ਦੇ ਅਪਾਰਟਮੈਂਟ ਦੇ ਬੇਸਮੈਂਟ ਦੀ ਖੁਦਾਈ ਦੌਰਾਨ ਇੱਕ ਕੰਧ ਡਿੱਗ ਪਈ ਜਿਸ ਨਾਲ ਬਹੁਤ ਸਾਰੇ ਲੋਕ ਉੱਥੇ ਫਸ ਗਏ ਵੀਰਵਾਰ ਰਾਤ ਨੂੰ 12 ਵਜੇ 14 ਮੰਜਲਾ ਅੰਤਰਿਕਸ਼ ਸੁਸਾਇਟੀ ਅਪਾਰਟਮੈਂਟ ਦੇ ਬੇਸਮੈਂਟ ਵਿੱਚ ਖੁਦਾਈ ਚੱਲ ਰਹੀ ਸੀ ਪਾਕਿਸਤਾਨ ਦੇ ਵਿੱਚ ਇੱਕ ਵੱਡਾ ਹਾਦਸਾ ਵਾਪਰਿਆ ਹੈ ਬਲੋਚਿਸਤਾਨ ਸੂਬੇ ਦੇ ਮਸਤੰਗ ਜ਼ਿਲ੍ਹੇ ਦੀ ਮਦੀਨਾ ਮਸਜਿਦ ਦੇ ਨੇੜੇ ਹੋਏ ਆਤਮਕਾਤੀ ਤਮਾਕੇ ਵਿੱਚ ਪੁਲਿਸ ਅਧਿਕਾਰੀ ਸਮੇਤ ਘੱਟੋ ਘੱਟ 52 ਜਣਿਆਂ ਤੋਂ ਵੱਧ ਲੋਕਾਂ ਦੀ ਜਾਨ ਚਲੀ ਗਈ 53 ਤੋਂ ਵੱਧ ਵਿਅਕਤੀ ਜ਼ਖਮੀ ਹੋ ਗਏ ਪੁਲਿਸ ਮੁਤਾਬਿਕ ਧਮਾਕਾ ਉਦੋਂ ਹੋਇਆ ਜਦੋਂ ਲੋਕ ਈਦ ਮਿਲਾਦ ਉਨ ਨਬੀ ਦੇ ਜਲੂਸ ਲਈ ਇਕੱਠੇ ਹੋਏ ਸਨ ਹਾਲਾਂਕਿ ਖਬਰਾਂ ਪੜੇ ਜਾਣ ਤੱਕ ਕਿਸੇ ਜਥੇਬੰਦੀ ਨੇ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਸੀ ਮਸਤੰਗ ਸ਼ਹਿਰ ਦੇ ਅਸਿਸਟੈਂਟ ਕਮਿਸ਼ਨਰ ਨੇ ਦੱਸਿਆ ਕਿ ਬਲਾਸਟਰ ਡੀਐਸਪੀ ਨਵਾਜ਼ ਗਿਸ਼ਕੋਰੀ ਦੀ ਕਾਰ ਕੋਲ ਹੋਇਆ ਸੀ ਜੀਓ ਨਿਊਜ਼ ਦੇ ਮੁਤਾਬਿਕ ਹਮਲੇ ਵਿੱਚ ਜਿਹੜੇ ਪੁਲਿਸ ਅਫਸਰ ਦੀ ਜਾਨ ਗਈ ਹੈ ਉਹ ਡੀਐਸਪੀ ਨਵਾਜ਼ ਹੀ ਹੈ ਪਾਕਿਸਤਾਨ ਦੇ ਐਕਟਿੰਗ ਪ੍ਰਧਾਨ ਮੰਤਰੀ ਅਨਵਾਰ ਉਲ ਹੱਕ ਕਾਕੜ ਨੇ ਹਮਲੇ ਦੀ ਨਿੰਦਿਆ ਕੀਤੀ ਹੈ ਅਤੇ ਮ੍ਰਿਤਕਾਂ ਦੇ ਪਰਿਵਾਰਾਂ ਨਾਲ ਦੁੱਖ ਸਾਂਝਾ ਕੀਤਾ ਹੈ ਨਾਲ ਹੀ ਅਧਿਕਾਰੀਆਂ ਨੂੰ ਜ਼ਖਮੀਆਂ ਤੱਕ ਹਰ ਤਰ੍ਹਾਂ ਦੀ ਮਦਦ ਪਹੁੰਚਾਉਣ ਦੇ ਵੀ ਨਿਰਦੇਸ਼ ਦਿੱਤੇ ਨੇ ਰਾਸ਼ਟਰਪਤੀ ਆਰਿਫ ਅਲਵੀ ਨੇ ਵੀ ਦੁੱਖ ਜਤਾਇਆ ਹੈ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਨੇ ਸਾਬਕਾ ਰਾਸ਼ਟਰਪਤੀ ਡੋਨਾਲਡ 트੍ਰੰਪ ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਉਹ ਤੇ ਉਹਨਾਂ ਦੇ ਸਹਿਯੋਗੀ ਦੇਸ਼ ਤੇ ਲੋਕਤੰਤਰ ਲਈ ਖਤਰਾ ਨੇ ਉਹਨਾਂ ਦੋਸ਼ ਲਾਇਆ ਕਿ 트੍ਰੰਪ ਦੇਸ਼ ਦੀਆਂ ਕਦਰਾਂ-ਕੀਮਤਾਂ ਨੂੰ ਬਰਕਰਾਰ ਰੱਖਣ ਦੀ ਬਜਾਏ ਨਿੱਜੀ ਸੱਤਾ ਵਿੱਚ ਜ਼ਿਆਦਾ ਵਿਸ਼ਵਾਸ ਰੱਖਦੇ ਨੇ ਆਪਣੇ ਦੋਸਤ ਅਤੇ ਸਾਬਕਾ ਰਿਪਬਲਿਕਨ ਸੈਨੇਟਰ ਮਰਹੂਮ ਜான் ਮੈਕਕਿੰਡ ਦੀ ਯਾਦ ਵਿੱਚ ਸਮਾਗਮ ਦੌਰਾਨ ਬਾਈਡਨ ਨੇ ਆਪਣੀ ਚੋਣ ਮੁਹਿੰਮ ਦੇ ਮੁੱਖ ਥੀਮ ਅਮਰੀਕਾ ਨੂੰ ਦੁਬਾਰਾ ਮਹਾਨ ਬਣਾਓ ਉੱਤੇ ਜ਼ੋਰ ਦਿੱਤਾ ਐਮਰਜੈਂਸੀ ਬੁਲੇਟਿਨ ਦੇ ਵਿੱਚ ਤੁਹਾਡੇ ਸਭ ਤੋਂ ਇਜਾਜ਼ਤ ਚਾਹੁੰਦੇ ਆ ਤੁਸੀਂ ਸਾਰੇ ਆਪਣ